असलम जनाब क्या हाल है ठीक ठाक हो राजी हो प्रोग्राम है अज की गल और मैं आखने नासर आज और माने और माशा बहु माड़े तो भी बहुत अच्छा बहुत खूबसूरत ਔਰ ਬਹੁਤ ਜ਼ਹੀਨ ਕਿਸਮ ਦਾ ਬਲਲਾ ਬੈਠਾ ਜਿਸ ਦਾ ਨਾਮ ਹੈ ਅਮਰ ਨਜੀਬ ਸਤੀ ਅਸਲਾਮ ਅਲੈਕੁਮ ਕੀ ਹਾਲ ਨੇ ਰਾਜਾ ਜੀ ਠੀਕ ਠਾਕ ਹੋ ਖੈਰ ਅੱਲਾਹ ਅੱਜ ਤਾਂ ਯਕੀਨ ਮਨੋ ਅਸਾਂ ਸਕੂਲ ਆਈ ਪੜਨੇ ਸਾਂ ਟਾਟ ਨਹੀਂ ਜਿਹੜੇ ਹੋਣੇ ਸਾਂ ਅੱਜ ਤਾਂ ਬਿਲਕੁਲ ਟਾਟ ਬਣੇ ਟਾਟ ਪਾਇਆ ਨਾ ਮੈਂ ਉਹ ਅਸਾਂ ਲੋਕ ਫਖਰ ਕਰਨੇ ਆ ਆਪਣੇ ਟਾਟ ਵਾਲੀ ਲਾਈਫ ਉੱਪਰ ਅਸਾਂ ਲੋਕਾਂ ਕੀ ਇੱਕ ਜਿਹੜੀ ਇਹ ਕਹਿ ਹੋਣੀ ਉਹ ਉਸ ਕੀ ਕਹਿ ਆਖਣੇ ਜਨਾਬ ਇਹ ਜਿਹੜੀ ਜਿਹੜੀ ਕਮਤਰੀ ਹੋਣੀ ਉਸ ਕੀ ਇਹ ਅਸਾਂ ਕੀ ਕਿਸੇ ਕਮਤਰੀ ਨਾਲ ਅਸਾਂ ਸ਼ਿਕਾਰ ਨਾ ਅਸਾਂ ਬਲਕਿ ਅਸਾਂ ਅਲਹਮਦੁਲਿਲਾ

ਤੇੜੀ 10 11 ਫੋਨ ਕਰਾ ਹੈ ਔਰ ਕਦੇ ਆਖਿਆ ਜਨਾਬ ਅੱਧ ਪਾ ਦਈ ਕੀ ਨਹੀਂ ਅਛਾ ਹੈ ਕਦੇ ਆਖਿਆ ਜਨਾਬ ਕੋਈ ਸਰ ਤੁਸੀਂ ਨੇ ਕਰਨਾ ਹੈ ਸਿਸਟਮ ਉਸੀ ਮੜੇ ਕਰਨਾ ਸਿਸਟਮ ਪਤਾ ਕੀ ਵੇ ਹਾਂ ਮੈਂ ਆਪਣੀ ਬੁੱਢੀ ਕੀ ਆਖਿਆ ਅੱਖਾਂ ਕੜੀਆਂ ਪਹਿਲੇ ਫਿਰ ਮੈਂ ਉਸ ਕੀ ਆਖਿਆ ਕਿ ਮੇਰੇ ਗੱਲ ਸੁਣ ਤੁਸੀਂ ਕੀ ਪਤਾ ਕਿ ਤੁਸੀਂ ਜਿਹੜਾ ਖਾਵਨ ਉਹ ਤੁਸਨ ਮਜਾਜ਼ੀ ਖੁਦਾ ਹੋਣਾ ਆਖਣੀ ਬਿਲਕੁਲ ਠੀਕ ਆਖਣੇ ਪਿਓ ਆ ਜਰਾ ਭਾਂਡੇ ਤੇ ਤੋਂ ਮੈਂ ਆਖਾ ਕਿ ਵੇ ਹਾਂ ਇਹ ਜਨਾਬੀ ਅਲੀ ਜਦੋਂ ਗੱਲਾਂ ਕਰਨਿਆ ਦੋ ਦੋ ਭਾਂਡੇ ਵੀ ਤੋਈ ਸਟੇ ਕਿ ਕਿਹੜੀ ਇਹ ਬੁਰੀ ਗੱਲ ਹੈ

अपना मारे सामने सिर चुकाना पेना और आखनी के मंजीतरो निकले छोड़ कुछ ना आखनी बल्ले ओ बल्ले मैं पता नहीं के आखर लगे मल्ले अब मल्लेच भी कार भी अस एक शरीफ लोग हाँ

अपोजिशन अपोजिशन तो नहीं पी डी एम जी जमातें या बशमूल मुस्लिम हुकूमत इस वक्त जिन्हें कायम की उन्हें बड़ा एतराज किया अपने से तजावज़ किया है और वो अकेले कैसे सदर पाकिस्तान कर सकते सदर पाकिस्तान है ना मुंशी तो नहीं ना जनाबी बड़ी सोनी बड़ी अच्छी गल की थोड़ी सदर लगा इतनी हिम्मत अगर कर छोड़ी है तो हथिया वो डॉक्टर भी है तुम्हें पता दंदा डॉक्टर है सर मैं यकीन मानो कि अपना वो आर एफ अलवी साहब बड़े एक नफीस शख्सियत है माशाल्लाह वाकई तुम तुसा किसा की कि इंट्रोड्यूस कराई सकने हो सदर पाकिस्तान है पार्टी बाजी तो हट के सुनया डॉक्टर भी थे ना पढ़िया लिखा बंद पढ़िया लिखा होना तो डॉक्टर होना बनना बंद अजी मैं उसे बैठा डॉक्टर क्या क्या आंटा बनना के जनाब यहाँ लिखा कुकर ही रखो डॉक्टर बन गया मैं उसका ब्याह राजा बाजार ना उसे एक बंदा बैठा तो उसने ना लिखा प्रोफेसर फलाना फलाना आला मैं काम मैं मैं के तो क्या अच्छा। एफ, आ जनाब तक कम करने उस जनाब मैं इतना फाल कहना फाल तोता तक है बुन लैसी एक फलाफा कट सी तिफाफे कट के कार्ड देसा पढ़ सो तो कार चले सो दस रुपये में आपू पढ़ के दियो ना, ना पढ़ने पढ़िया लिखे फुटपाथ पर बैठा लेकिन ना उन्हें प्रोफेसर फलाखे जी अगली उसना जवाब देखिए सदर साहब अगर या गवर्नर साहब गवर्नर भी इवन जो ना सदर साहब ने थलै होने बुन होने तो सदर साहब अगर ये आख्याई चीज़ ठीक नहीं हो रही इसकी तुसा, उसने आइन मुताबक करो तो इस कोई गलती नहीं माड़ा अपना ख्याल लेकिन लेक। हूँ चुके वो अंग्रेज आखने के सब जूडिश हो गया अदालत काम चला गया और नौ रुकनी बेंच बन गया लेकिन उत रोले रप्पे पै गए अब तक ਤੁਸੀਂ ਪਤਾ ਤਰੀਆ ਤਿਆੜਾ ਸਾ ਉਥੇ ਅਦਾਲਤਾਂ ਚ ਜਿਹੜੇ ਆਪਣੇ ਜੱਜ ਸੇ ਨਾ ਜਿਹੜੇ ਅੰਦਰ ਬੈਂਚ ਵਿੱਚ ਸ਼ਾਮਲ ਸੇ ਬੈਂਚ ਦਾ ਮਤਲਬ ਇਹ ਨਹੀਂ ਕਿ ਕੋ ਡੈਸ ਕਿਆ ਲੱਕੜੀ ਨਾ ਬਣਿਆ ਬੈਂਚ ਦਾ ਮਤਲਬ ਹੋਣਾ ਜਿੱਥੇ ਜੱਜ ਬੈਠੇ ਹੋਣੇ ਜਿਤਨੇ ਜੱਜ ਹੋਣੇ ਉਸੇ ਆਖੜੇ ਬੈਂਚ ਲਾਰਜਰ ਬੈਂਚ ਲਾਰਜਰ ਬੈਂਚ ਬਹੁਤ ਲਾਰਜਰ ਬੈਂਚੋਂ ਇੱਕ ਬਣਿਆ ਲਾਰਜਰ ਬੈਂਚ ਜਿਸ ਨੂੰ ਜੱਜੇ ਲੇਕਿਨ ਕੋਈ ਲੋਗ ਇਹ ਇਟ ਕੇ ਲੱਗਣਾ ਕੋ ਢੋਲ ਕੀ ਨਪੜੀ ਤੁਸੀਂ ਇਹ ਚੇਂਜ ਕਰਨਾ ਆ ਵੀ ਲੱਗਦਾ ਇਤਨਾ ਕਰਦਾ ਇਤਨਾ ਤੜਕੇ 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 ਦਿਨਤਾ ਕਿ ਦਿਨਤਾ ਆ इस तरह मैं करना लेकिन फन तू जानना है, है असल गढ़ लिखे होना ना और जो गंदा बंदा अपनी गल वाजिया करना चाहना उसकी आखनी बॉडी लैंग्वेज बॉडीजन तक बॉलर को विकट कि ना और फिर पूरा घंटा रोला बना इस बंद बढ़ा प्रैशर बढ़ा प्रेसर ना बासपलेन कर रहा और उस लार्जर बैंच ਆਪਸੇ ਅੰਦਰ ਜੱਜ ਆਖਿਆ ਵੀ ਇਹ ਇਸ ਕੀ ਤੁਸੀਂ ਅਜ਼ ਖੁਦ ਨੋਟਸ ਜਿਸ ਕੀ ਸੋ ਮੋਟੋ ਆਖਣੇ ਤੁਸੀਂ ਕਿਉਂ ਕਿਦਾ ਹਾਂ ਅਜੀਨਾ ਮੋਟੋ ਅਜ਼ ਖੁਦ ਨੋਟਸ ਅੱਛਾ ਅਜ਼ ਖੁਦ ਨੋਟਸ ਸੋ ਮੋਟੋ ਐਕਸ਼ਨ ਠੀਕ ਹੈ ਠੀਕ ਹੈ ਤੁਸੀਂ ਕਿਉਂ ਕਿਦਾ ਕੁਝ ਜੱਜ ਆਖਿਆ ਵੀ ਫਲਾਣੇ ਕੀ ਕੀ ਸ਼ਾਮਲ ਕੀਤਾ ਉਹ ਤਾਂ ਵੈਸੇ ਬੁਤਰਾਦਾ ਹੈ ਠੀਕ ਹੈ ਜਿਸ ਤਰੀਕੇ ਨਾਲ ਕੱਲ ਤੁਸੀਂ ਪਤਾ ਆਪਣਾ ਮਰੀਮ ਨਵਾਜ਼ ਸਹਿਬਾ ਉਥੇ ਸਰਗੋਦੇ ਇਸ ਤਰ੍ਹਾਂ ਗਰਜੀਆਂ ਬਰਜ਼ੀਆਂ ਨਾ ਕਿਨ ਕਿਨ ਕਾ ਉਹਨਾਂ ਜੱਜਾਂ ਕੀ ਡਗੜਿਆ ਇਹ ਗੱਲ ਚੰਗੀ ਨਹੀਂ ਨਹੀਂ ਅੱਛਾ ਤੇ ਇੱਕ ਤਾਂ ਅਦਾਲਤ ਹੀ ਹੋ ਗਿਆ ਔਰ ਹੋਰ ਦੋ ਚੀਜ਼ਾਂ ਨੇ ਜਿਹੜੀ ਹੈ ਨਾ ਉਹ ਪਤਾ ਚੱਲਣਾ ਪਿਆ ਜਿਹੜੀ ਜਿਸ ਕੀ ਆਖਣ ਨਾ ਪਲਸ ਜਿਹੜੀ ਕੋਟ ਦੀ ਪਲਸ ਹੈ ਨਾ ਉਹ ਇਹ ਪਤਾ ਵੀ ਚੱਲਣੀ ਹੈ ਕਿ ਤੇ ਲੱਗਣਾ ਕਿ ਹੋ ਸਕਣਾ ਉਹ ਆਖਣ ਵੀ ਇਹ ਜਿਹੜੀਆਂ ਅਸੈਂਬਲੀਆਂ ਪਨੀਆਂ ਇਹ ਠੀਕ ਨਹੀਂ ਪਨੀਆਂ ਇਹਨਾਂ ਕੀ ਬਾਲ ਕਰੋ ਉਹ ਇਜ਼ਰਾ ਪੁਰਾਣਾ ਕੰਮ ਉਸੇ ਪੁਰਾਣਾ ਵਜ਼ੀਰ ਆਲਾ ਪੁਰਾਣਾ ਲੇਕਿਨ ਅਦਾਲਤ ਜਿਹੜੀ ਆਖਰੀ ਬਿਆਨ ਅਜ ਦਿੱਤਾ ਨਾ ਜੀ ਚੀਫ ਜਸਟਿਸ ਮੈਂ ਗੱਲ ਕੰਪਲੀਟ ਨਹੀਂ ਕੀਤੀ ਤਾਂ ਫਿਰ ਤੁਸੀਂ ਬਹੁਤ ਲੰਮੀ ਖਿੱਚੀ ਗਈ ਉਹਨਾਂ ਮੈਂ ਲੰਮੀ ਖਿੱਚਾ ਨਾ ਮੈਂ ਪੜਿਆ ਲਿਖਿਆ ਬਤਾਉਂ ਅੱਛਾ ਸੌਰ ਮਾਜ਼ਰਾ ਚਾਹਨਾ ਹੈ ਦੂਈ ਗੱਲ ਉਹਨਾਂ ਨੇ ਇਹ ਕੀਤੀ ਇੱਕ ਤਾਂ ਇਹ ਹੋਰ ਹੈ ਦੂ ਗੈਲਿਓ ਇਹ ਵੀ ਉਹ ਸੁਖਣੀ ਕਿ ਇਲੈਕਸ਼ਨ ਦਾ ਐਲਾਨ ਹੋ ਗਿਆ ਚ ਹੈ। ਔਰ ਉਹ ਆਖਣ ਵੀ ਇਥੇ ਆਪਣਾ ਸੁਬਾ ਕੇਪੀ ਚ ਤੇ ਸੁਬਾ ਪੰਜਾਬ ਵਿੱਚ ਇਲੈਕਸ਼ਨ ਹੋ ਸਣ। ਹਮ ਹਮ। ਠੀਕ ਹੈ। ਹਮ ਹਮ। ਉਹ ਅਗਰ ਅਦਾਲਤ ਦੇਤਾ ਤਾਂ ਫਿਰ ਇਲੈਕਸ਼ਨ ਹੋ ਸਣ ਲੇਕਿਨ ਇੱਕ ਗੱਲ ਹੋਰ ਹੈ ਜਿਹੜੀ ਆਖਰ ਹੀ ਮੈਂ ਦਸਾਂ। ਆਖਰ ਹੀ ਦਸਾਂ ਇਹ ਮੈਂ ਵੀ ਦਸਿਆ ਆਪਣਾ ਉਹ ਜਾਗਤ ਨਹੀਂ ਆਣਾ ਜ਼ਿਆ। ਹਾਂ। ਕਿ ਉਹ ਕਹਿ ਸਕਣਾ। ਹਮ। ਕੋਰਟ ਦੋ ਫੈਸਲੇ ਦੇ ਸਕਣੀ ਜਾਂ ਆਖਣੀ ਕਿ ਪੁਰਾਣੀਆਂ ਸੰਭਨੀਆਂ ਬਾਲ ਤੇ ਜਾਂ ਉਹ ਕਹਿ ਆਖੀ।

ਅੱਛਾ ਖੈਰ ਅਸਾਂ ਜਿਹੜਾ ਮੌਜੂਦ ਜੱਜਸ ਨੇ ਗੱਲ ਕਰਨਿਆ ਗੱਲ ਇਹ ਵੇ ਕਿ ਸਿਆਸੀ ਜਮਾਤਾਂ ਦੇ ਅੰਦਰ ਜਲੀਏ ਉਹ ਆਖਨੇ ਕਿ ਇਹ ਹੋ ਕੇ ਟਮਕਾਨ ਹੋ ਗਿਆ ਜਦੋਂ ਆਈ ਨਹੀਂ ਨਹੀਂ ਇੱਕ ਜਿਹੜਾ ਅੱਛਾ ਵੈਸੇ ਆਖਨੇ ਹਾਂ ਵੈਸੇ ਹੋ ਗਿਆ ਹਾਂ ਨਹੀਂ ਕੁਝ ਅਜੇ ਹੋਸੀ ਜੀ ਇਹ ਬਹੁਤ ਕੁਝ ਹੋਸੀ ਤੇ ਜਨਾਬ ਜਦੋਂ ਆਈ ਨਹੀਂ ਸਿੱਧੀ ਸਿੱਧੀ ਗੱਲ ਲਿਖੀ ਹੈ ਇਸ ਵਿੱਚ ਕੋਈ ਐਡੀ ਗੱਲ ਤੇ ਨਹੀਂ ਕਿ ਵਕੀਲ ਆ ਕੇ ਤੁਸਾਂ ਕੀ ਤਰਜਮਾ ਕਰਕੇ ਦੱਸੀ ਕਿ ਇੰਟਰਪ੍ਰੀਟ ਇਸ ਕੋ ਐਸੇ ਕਰਾਂਗੇ ਕਿ ਜਦੋਂ ਕਿ 90 ਰੋਜ਼ ਕੇ ਅੰਦਰ ਜਬ ਅਸੈਂਬਲੀ ਤਹਿਲੀਲ ਹੋਗੀ ਤਾਂ ਇਲੈਕਸ਼ਨ ਕਰਾਉਣੇ ਪੜੇਗੇ ਫਿਰ ਟਾ ਕੀ ਤੇ ਟੀ ਕੀ ਤੇ ਪੀ ਕੀ ਤੇ ਪੂ ਕੀ अल्लाह ने बंदा चंगा पाला सीधा टुरना पिया होना है अचानक तू जिस अगर जंप नहीं आना बंद ब्रेक मारना पिछलियां सवरिया अगलिया सीटों पर टहनिया अगलिया सीटों पर डैशबोर्ड पर टहनिया जो मोटरसाइकिल होना दो त्रै कदम अगर टहना इस तरह ना करे कर एक माड़ा त्रा निकल गया दूसरा मैं लगना कि पता नहीं तरीके निंक चीज बैठा है और चिंकी चला रहे हैं जी मामी ने जज्बात पेड़ और जाइना दसने जज्बात ਲੇਕਿਨ ਇਹ ਖਬਰਾਂ ਜਿਹਾ ਕਿਉਂ ਨਹੀਂ ਮੈਂ ਤੁਸਾਂ ਇੱਕ ਗੱਲਾਂ ਦਾ ਜਵਾਬ ਦਿਓ ਇਹ ਸਿਆਸੀ ਜਮਾਤਾਂ ਇਲੈਕਸ਼ਨ ਕਿਉਂ ਨਹੀਂ ਹੋਣ ਦੇ ਰਹੀਆਂ ਇਸ ਮੁਲਕ ਨਾਲ ਕਰਨਾ ਕਿ ਚਾਣੇ ਇਲੈਕਸ਼ਨ ਤੇ ਤੱਕੋ ਹੋਸਣ ਹੀ ਹੋਸਣ ਜਿਤਨਾ ਇਹ ਡਿਲੇ ਕਰਸਣ ਇਹਨਾਂ ਨੇ ਆਪਣੀਆਂ ਬੇੜੀਆਂ ਚ ਜਿਹੜਾ ਬੱਟੇ ਪੈਸਣ ਇਹਨਾਂ ਨੇ ਆਪਣੀਆਂ ਬੇੜੀਆਂ ਚ ਮੋਰੀਆਂ ਹੋਸਣ ਮੈੜਾ ਖਿਆਲ ਹੈ ਇਸ ਵਕਤ ਅਗਰ ਅਸਾਂ ਮੁਲਕ ਨਾ ਸੋਚੀਏ ਪਾਕਿਸਤਾਨ ਨਾ ਸੋਚੀਏ ਕਿਸੇ ਸਿਆਸੀ ਜਮਾਤ ਨਾ ਨਾ ਸੋਚੀਏ ਇਸ ਵਾਸਤੇ ਲਾਜ਼ਮ ਹੈ ਕਿ ਨਵੇਂ ਜਿਸ ਕੀ ਉਰਦੂ ਚ ਆਖਣੇ ਫਰੈਸ਼ ਤੇ ਅੰਗਰੇਜ਼ੀ ਫਰੈਸ਼ ਤੇ ਫਿਰ ਮੈਂ ਅੱਜ ਲਗਣਾ ਅੰਗਰੇਜ਼ੀ ਚ ਆਖਣੇ ਨਵੇਂ ਤੇ ਉਰਦੂ ਚ ਆਖਣੇ ਫਰੈਸ਼ ਫਰੈਸ਼ ਇਲੈਕਸ਼ਨ ਹੋਣ ਔਰ ਜਿਹੜਾ ਵੀ ਜਿੱਤੇ ਉਹ ਚਾਹੇ ਕਿਹੜੀ ਪਾਰਟੀ ਹੋਵੇ ਉਸਕੀ ਪੂਰਾ ਮੰਡੇਟ ਵੀ ਹੋਸੀ ਔਰ ਦੂਏ ਉਸਨੇ ਪਰ ਸਾਰੇ ਯਕੀਨ ਕਰਸਨ ਉਹਨਾਂ ਦਾ ਕਾਨਫੀਡੈਂਸ ਵੀ ਹੋਸੀ ਉਰਦੂ ਚ ਆਖਣੇ ਕਿ ਕਾਨਫੀਡੈਂਸ ਹੋਣਾ ਉਹ ਬੜਾ ਜ਼ਰੂਰੀ ਹੈ ਤਾਂ ਕਿ ਕੰਮ ਅੱਗੇ ਟੁਰੇ ਕਿਉਂਕਿ ਹੁਣ ਐਸ ਵਕਤ ਲੋਕ ਜਿਹੜੇ ਵਿਚਾਰੇ ਉਹ ਯਾਦਾ ਮਹਿੰਗਾਈ ਜੀ ਫਸੇ

आवाम की जैसे बहुत निकलन चलो मैं पहले मनना के, चलो ठीक है जनवरी बहुत निकलो निकल कर रोला बहो शोर बाहो अपना पार्लियामेंट कहो हा 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 हमारा हिस्सा में दो हमारा हक दो इलेक्शन दो इलेक्शन दो, दो अभी दो इधर अभी, अभी इधर माड़ा मैं बगौर न लोग निकलना शुरू हो गए पहले लोग उस निकले इमरान खान की अदालत पेश की गया तो पता जमे खफी दूर शुरू हो गया जेल भरो बहुत सारे लीडर गिरफ्तारियां भी दी और बहुत सारे लोग भी उए और उ जलसा नहीं मैं भी गया नी गिरफ्तारी मैं बड़े जज्बे नाम गया गिरफ्तारी जनाब जे मेरे नाजुक लाइया आओ और मुझे गिरफ्तार कर लो

ਇਹ ਕੋਣ ਹੈ ਜੀ ਇਹ ਤੁਸੇ ਨਹੀਂ ਪਤਾ ਇਹ ਸ਼ੀ ਮੇਲ ਨਹੀਂ ਜਿਹੜੀ ਹੈ ਸਰਬਰਾ ਟ੍ਰਾਂਸ ਜੈਂਡਰ ਉਸੇ ਤੇ ਸ਼ੀ ਸ਼ੀ ਮੇਲ ਅੱਛਾ ਅੱਛਾ ਸ਼ੀ ਮੇਲ ਟ੍ਰਾਂਸ ਜੈਂਡਰ ਜਿਸ ਕੀ ਆ ਉਹਨਾਂ ਨਾਲ ਸਾਰਾ ਕਹਿਤਾ ਲੱਗਾ ਜੀ ਅਸਮ ਜਿਹੜਾ ਨਾ ਉਹਨਾਂ ਨੂੰ ਲੱਗਨੇ ਕੋ ਆਪਣਾ ਤਲਕ ਤੁਸਾਂ ਨਾਲ ਜ਼ਰੂਰ ਕਾਇਮ ਕਰਸਣ ਜਿਹੜੀਆਂ ਤੁਸਾਂ ਹਰਤਾਨ ਅਪੜੀਆਂ ਨਹੀਂ ਇਸ ਵਿੱਚ ਕੇਵੇ ਛੋੜ ਦੋ ਮੇਰੀ ਕਲਾਈ ਇਹ ਹੀ ਉਹਨਾਂ ਦਾ ਸਟਾਈਲ ਹੋਣਾ ਇੱਕ ਤਾਂ ਉਹ ਯਕੀਨ ਕਰੋ ਕਿ ਜਿਹੜਾ ਮੋਟਰਸਾਈਕਲ ਵੀ ਜ਼ਿਆਦਾ ਫੜਫੜ ਕਰਾ ਹੈ ਨਾ ਫੜ 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 ਤਾਂ ਵੀ ਉਹ ਡਾਂਸ ਸ਼ੁਰੂ ਕਰ ਦੇਣੇ ਇੱਕ ਜਿਸ ਲੈ ਇਸ ਤਰ੍ਹਾਂ ਤੁਹਾਡੇ ਤੁਸਾਂ ਜਿਹੜਾ ਬਿਆਨ ਦੇਣੇ ਤਾਂ ਵੀ ਇਸ ਤਰ੍ਹਾਂ ਐਕਸ਼ਨ ਨਹੀਂ ਉਹ एक बारी रसाई फसी गया ना जी तो एक अपना जड़ी गड्डी सी बप पटपट पे करनी सी तो उस पटपट पट पर कहने लगा कि पी पू पा मैं मर गई आ आ आ अल्लाह माफ करे है यार कैसे सोने तू एक्शन करना है इससे तरीके नाल मैं तकिया एक बारी जड़ा ना एक आ, आ, मतलब है ਅੱਛਾ ਕੋਈ ਲੋਕ ਜਾ ਰਿਹਾ ਸਾ ਮੈਂ ਆਖਿਆ ਵੀ ਲਿਫਟ ਦੇਣੀ ਚਾਹੀਦੀ ਤੁਸਾਂ ਪਤਾ ਮੈਂ ਨਵੀਂ ਨਵੀਂ ਗੱਡੀ ਕੀਤੀ ਤੇ ਮੈਂ ਜਿਸ ਲੈ ਜਾ ਕੇ ਬ੍ਰੇਕ ਮਾਰੀ ਨਾ ਮੈਂ ਜੇ ਆਖਿਆ ਸ਼ੀਸ਼ਾ ਬੁੰਨ ਕਰਕੇ ਤੇ ਮੈਂ ਨਾ ਕਿ ਲਿਫਟ ਦਿਆਂ ਤਾਂ ਪਿਛਲਾ ਉਹਨਾਂ ਦਰਵਾਜ਼ਾ ਖੋਲਿਆ ਦੜਾ ਮੰਦਰ ਮੈਂ ਕਹੀ ਯਾਰ ਤੱਕੋ ਬੰਦਾ ਸਮਾਰਟ ਹੈ ਤੇ ਐਵੇਂ ਪਈਆਂ ਲਿਫਟਾਂ ਪਈ ਲੋਕ ਕਿੰਨੇ ਆ ਮੈਂ ਹੁਣ ਚਲਾ ਦਿੱਤੀ ਬੜੇ ਮਜ਼ੇ ਨਾਲ ਮੈਂ ਉਹਦਾ ਉਸਦੀ ਆਵਾਜ਼ ਵੀ ਆਸਤਾ ਕੀਤੀ ਉਸਨਾ ਅਤਾਉਲਾ ਨਾ ਜਿਹੜਾ ਗਾਣਾ ਲਗਾ ਸਬਲ ਕਿਹੜਾ ਗਾਣਾ ਲਗਾ ਸਬ ਕਿਹੜਾ बीमार नो शिफा मिल जाती है <laughs> अच्छा प्यार नाल ना सही उस तो नाल, नाल वेख लिया कर <laughs> बीमार नो शिफा मिल जाती है हाय 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 मैं उन्हें क्या किया, किया? तू सानी बड़ी मेहरबानी तू yeah. सा इंतखाब किया मारी गड्डी ना मारी गड्डी च बह गए हो मैं इंशाल्लाह कोशिश करसा

के जेल भर कम अवाम की जो एहत करना चाहिए ना। और और गल ए वे कि रमजान बरकत महीना भी अल्लाह ने करम आ हो सी चला आ रहा आया हर रमजान आना हर रमजान फ्रूट से जी ज्यादा इस्तेमाल चीजा जी रमजान इस्तेमाल होनी हैसमान दर पहुंच जानी हैं खादमे आला साहब जरा जी ਇਨਾ ਕਿ ਆਖਸਾਂ ਕਿ ਹੁਣ ਜੇ ਤੁਸੀਂ ਟੋਪੀ ਡਰਾਮਾ ਨਾ ਚਲਸੀ ਜੇ ਤੁਸੀਂ ਵਾਕਈ ਆਪਣੇ ਆਪ ਦੀ ਖਾਦਮੇ ਆਲਾ ਅਖਣੇ ਹੋ ਨਾ ਪਹਿਲੇ ਤਾਂ ਸਾਡੀ ਹਕਮਤੇ ਅਮਲੀ ਤਰਤੀਬ ਦਿਓ

ਉਥੇ ਜਿਸ ਨਾਲ ਲੱਥਾ ਉਹਨਾਂ ਕਹੇ ਜਾ ਵੀ ਆਉਣ ਤੂੰ ਆਜ਼ਾਦ ਐ ਉਹ ਜਿਹੜਾ ਟੁਰਿਆ ਉਥੇ ਕੋ ਕੁੱਤੇ ਬੈਠੇ ਸੇ ਪੰਛੀ ਉਹ ਉਸਨੇ ਪਿੱਛੇ ਲੱਗੇ ਉਹ ਕਦੇ ਕੁੱਤਿਆਂ ਨਾਲ ਦਖਾ ਕਦੇ ਉਹਨਾਂ ਕੀ ਆਵਾਜ਼ ਦਿਆ ਵੀ ਮੀ ਲੈ ਕੇ ਸ਼ੋ ਮੈਂ ਗ੍ਰਿਫਤਾਰੀ ਦਿੱਤੀ ਉਹ ਪੁਲਿਸ ਵਾਲਿਆ ਆਖਿਆ ਪੁਲਿਸ ਵਾਲੇ ਤੂੰ ਆ ਛੋੜਿਆ ਉਹ ਜਾ ਤੋ ਜਾ ਉਹਨ ਕੁੱਤੇ ਉਸਨੇ ਪਿੱਛੇ ਪਿੱਛੇ ਹੋ ਗਿਆ ਗਿਆ ਕਦੇ ਪੁੱਤਿਆਂ ਕੀ ਵੱਟੇ ਮਾਰੇ ਕਦੇ ਕਿਆ ਕਰੇ ਇੱਕ ਕੁੱਤਾ ਉਸਨੇ ਜਨਾਬ ਲਗੰਦਰੇ ਪਾਂਚੇ ਕੀ ਪੈ ਗਿਆ ਔਰ ਚੀਨੀ ਛੋੜਿਆ ਸਤਪੜੀ ਕੇ ਠੀਕ ਹੈ ਦੁਆ ਉਸਨੇ ਕਬੀਸ ਜਿਹੜੀ ਲਾਈ ਸੀ ਇਸ ਨਾਲ ਕਬੀਸ ਕੀ ਮੂਬਾਇਲ ਉਸकी ਚੀਨੀ ਛੋੜਿਆ ਠੀਕ ਹੈ ਔਰ ਉਹ ਕੁੱਤਿਆਂ ਕੀ ਕਪਟੇ ਸ਼ਰਟੇ ਲੋਕ ਇਕੱਠੇ ਹੋ ਗਏ ਉਹਨਾਂ ਪੱਟੀ ਸ਼ਰਟੇ ਬਾਰੇ ਉਹਨਾਂ ਕਹਿੰਦੀ ਤੁਸੀਂ ਖਰੀਦ ਨਾ ਲੋ ਸਾ ਕਹਿੰਦੀ ਖਰੀਦ ਨਾ ਲੋ ਮੈਂ ਬਿਲਕੁਲ ਖਰੀਦ ਨਾ ਲਾ ਉਹਨਾਂ ਕਹਿੰਦੀ ਵੀ ਮੈਂ ਇਸਰਾ ਸਿਆਸੀ ਲੀਡਰ ਹਾਂ ਉਨਾ ਕਹੇ ਜੀ ਤੁਸਾਂ ਉਲੀਏ ਸੋ ਤੁਸੀਂ ਸਿਆਸੀ ਲੀਡਰ ਨਾ ਲੱਗਣੇ ਉਨਾ ਕਹੇ ਜੀ ਮਾੜਿਆ ਤੁਸੀਂ ਕੁੱਤਿਆਂ ਕੋਲ ਬਿਸ਼ੱਕ ਪੁੱਛ ਗਿਨੋ ਇਹ ਇਹਨਾਂ ਕੀ ਸਾਰਾ ਪਤਾ ਹੈ ਮੈਂ ਥੋੜੀ ਦੇਰ ਪਹਿਲਾਂ ਸਿਆਸੀ ਐਵੇਂ ਤਾਂ ਨਹੀਂ ਪਏ ਨਾ ਜੀ ਐਵੇਂ ਨਹੀਂ ਪਏ ਮੈਂ ਸਿਆਸੀ ਲੀਡਰ ਹੀ ਸਾਂ ਤੇ ਇਹ ਹੋਇਆ ਇਹ ਕੋਈ ਇਨਸਾਫ ਹੈ ਜੀ ਇਨਸਾਫ ਨਹੀਂ ਜੀ ਇਨਸਾਫ ਨਹੀਂ ਜੀ ਜ਼ਿਆਦਾ ਮੈਂ ਮਤਲਬ ਇਹ ਕਹਿਣਾ ਮਕਸਦ ਹੈ ਕਿ ਕਿਸੇ ਨੇ ਕੁੱਤੇ ਥੋੜੇ ਸੇ ਹਾਂ ਅਰੇ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਕਿਸੇ ਨਾਲ ਤੇ ਬਹਰਾਲ ਇਹ ਵੀ ਕਿ ਸਿਆਸਤ ਦਾ ਨਾਸਵੀ ਇੱਕ ਇਬਰਤ ਦਾ ਮਕਾਮ ਹੈ ਖਿਆਜ਼ੁਲ ਹਸਨ ਚੌਹਾਨ ਆਸਤਾ ਵੀ ਕਿਉਂਕਿ ਜਦੋਂ ਉਹ ਵੀ ਹਕੂਮਤ 'ਚ ਹੋਣੇ ਸ

फिर जनाब अद्धा रमजान लंघी कैसी? फिर आखिरी हफ्ते ने ने आके हमने एक्शन ले लिया है हमने कीमतें कम करा दी हैं हाँ। ड्रामा ना चलते की पता ना रमजान हर साल आना पहली बार तो पहली, पहली गल तो है कि रमजान एक ऐसा महीना है रोजे ना जरा अजर है नितनिया भी इबादातियां जितनिया भी इबादतियां उसना अजर सबसू ज्यादा पूछो किस तरह किस तरह इस तरीके न कि अल्लाह तला फरमाया कि रोजे का अजर मैं हूं अल्लाह अला जात आप अजर है जानि अल्लाह अल्ला नी मुहब्बत या अलात जी है।, है इस तरह मतलब अपनी जात है इस तक क्या होना मतलब वैसे तो आखना सौ नेकिया हजार नेक नेकत सत लख नेक हैं लेकिन अल्लाह तत आखना भी इसे अजर मैं और गलत दस रमजान वाले ना लोगों की खासतौर पर रोजा पान देने हो, खुदा नास्ता ना रोजा टूट जाना या रोजा ना रख सकने उसना आपको पता है उसना जुर्मा दीनी रखा जी अपना या की फिर बाद जी रोजे रखने या मस्कीन की, खाना की खाना अगर रोजा पनिया ना पहले काल चाहिए लेकम सलाम जी क्या हाल है जी राजा जी ठीक हो अल्लाह का शुक्र हाल ठीक है तैया बैठे हैं और कोई ऐसा ऐसा कोई लूडो थोड़ी भी खेड़ेया कौन साहब हो पिछले हफ्ते बीमार हो गए थे ना ता पूछया डॉक्टर को गए हो दवाई सही कि दी है अल्लाह ने आप बंदिया कौन अल्लाह ना करे ऐसा बीमार या ऐसा मैं डॉक्टर की चेक पे करने सा के भी कम पे ठीक करना के जाली दवाइयां दितियां से अच्छा हां अच्छा मैं बल्कि भाई जी मैं तो मेडिकल स्टोर चला गया ना ना क्या ना क्या दस्या ना क्या थाने दस्या ने मारा नाम जवेद बट है जी जुनैद बट जवेद बट जी ਕਿਹੜਾ ਉਹ ਕਿਹੜੇ ਬੱਟੋ ਜੀ ਜਵੇਦ ਬੱਟ ਜੀ ਜਵੇਦ ਜਵੇਦ ਬੱਟ ਉਹ ਹੈ ਜਿਹਨਾਂ ਦਾ ਬੈਟ ਕੜਾਈ ਆਲੇ ਅੱਛਾ ਅੱਛਾ ਬੱਟ ਨਹੀਂ ਜਵੇਦ ਬੱਟ ਉਹ ਜਵੇਦ ਬੱਟ ਜੀ ਕੇ ਕਰਨੇ ਹੋ ਜੀ ਯਾਰ ਜਵੇਦ ਬੱਟ ਜਵੇਦ ਬੱਟ ਜਵੇਦ ਬੱਟ ਹੀ ਪਿਆ ਆਖਣਾ ਨਾ ਮੈਂ ਯਾਰਾ ਕੀ ਮੈਂ ਕੋ ਡੋਰਾ ਯਾਰ ਨਹੀਂ ਨਹੀਂ ਦੱਸੋ ਜਵਾਰ ਜੀ ਮਾੜਾ ਇੱਕ ਸਵਾਲ ਨਿਕਾ ਜੇ ਤੁਸੀਂ ਆਖਿਆ ਉਸ ਨਾਲ ਕੋ ਜਵਾਬ ਸ਼ਾਮਲ ਨਹੀਂ ਜੀ ਜੀ ਉਹ ਯਾਰ ਉਹ ਆਪਣਾ ਨਹੀਂ ਵਜ਼ੀਰ ਆਜ਼ਮ ਸਾਹਿਬ ਹੈ ਜਿਹੜੇ ਸ਼ਿਵਾ ਸ਼ਹੀਬ ਸਾਹਿਬ ਹੋ ਹਾਂ

ਇਹ ਬੰਗਾਈ ਚ ਹੋਰ ਇਜ਼ਾਫਾ ਹੋ ਸੀ ਜਿਸ ਲਈ ਮੁਆਇਦਾ ਹੋ ਗਿਆ ਸੀ ਉਹ ਕਹਿ ਹੋਣਾ ਆਈਐਮਐਫ ਹੋਣਾ ਗਿਆ ਹੋਣਾ ਜੀ ਜੀ ਆਈਐਮਐਫ ਆਈਐਮਐਫ ਜਿਹੜੇ ਇੰਟਰਨੈਸ਼ਨਲ ਆਪਣਾ ਮੁਫਤਾ ਫਾਊਂਡੇਸ਼ਨ ਮੁਫਤਾ ਫਾਊਂਡੇਸ਼ਨ ਵਾਲੇ ਉਹਨਾਂ ਆਖਿਆ ਵੀ ਜਿਹੜਾ ਉਹਨਾਂ ਕੋਲ ਰਕਮ ਮਿਲ ਸੀ ਤੇ ਮਹਿੰਗਾਈ ਹੋਰ ਹੋ ਸੀ ਅੱਲਾ ਨੇ ਉਹ ਬੰਦੇ ਉਹ ਔਰ ਕਹਿ ਮਹਿੰਗਾਈ ਹੁਣ ਕਿਆ ਕੱਢਣੇ ਹੋ ਸੱਚੋ ਅਸਾਂ ਕੀ ਹੁਣ ਬਿਲਕੁਲ ਤੁਸੀਂ ਧੋਤਾ ਛੋੜਿਆ ਹੁਣ ਸਿਰਫ ਨਚੋੜਨੇ ਨਹੀਂ ਰਹੇ ਮੈਂ ਤੇ ਲੀਰੋ ਲੀਰ ਹੋ ਗਿਆ फिर हुए, फिर हुआ गल फिर अलमास भाभी वो भी आखी भी ये बंदा आ तो मैं क्या आ गया मैं सिर्फ ये आ गया देखो जी अल्लाह जो है अल्लाह ताला सारे की खैर रखे है अल्लाह ताला सारे आसानी रखे है मैं आ गया कि मेरे लिरो लिर हो गया फिर हुआ गल येरा इस तरह ना करया कर भी कुछ औनात दिलै ਉਹ ਦਲੇਜੇ ਉਹਨਾਂ ਨੇ ਤੁਸੀਂ ਕੀ ਮੈਂ ਇਸ ਤਰ੍ਹਾਂ ਕੀਤਾ ਮੈਂ ਲੀਰੋ ਲੀਰ ਹੋ ਗਿਆ ਕੰਟ ਤੇ ਪੈਣਾ ਇਹ ਆਪਣਾ ਜਵੇਦ ਬੱਡ ਵੀ ਫੋਨ ਹੈ ਜੂ ਨਿਕਲ ਕੇ ਆਇਆ ਸੀ ਇਹ ਮੈਂ ਬੰਦਾ ਉਥਰਾ ਜਮੀ ਲਗਣਾ ਤੇ ਚਲਾ ਗਿਆ ਚਲਾ ਗਿਆ ਚਲਾ ਗਿਆ ਫਿਰ ਪਿਆ ਕਰ ਫਿਰ ਪਿਆ اچھا ਮੈਂ ਆਖਿਆ ਕਿ ਆਖਰੀ ਗੱਲ ਸਿਰਫ ਇਹ ਕਰਸਾ ਮਤਲਬ ਕਹਿਣਾ ਮਕਸਦ ਹੈ ਕਿ ਇਸ ਟਾਪਿਕ ਉੱਪਰ ਜਿਹੜਾ ਅਸਾਂ ਕਰਨੇ ਪਏ ਸਿਆਂ ਕਿ ਆਪਣਾ ਰਮਜ਼ਾਨ ਨੇ ਮੈਂ ਮਾੜੀ ਗੱਲ ਰਹਿ ਗਈ ਹੈ ਕਿ ਉਸ ਦਾ ਜੁਰਮਾਨਾ ਅੱਲਾਹ ਤਾਲਾ ਜਿਹੜਾ ਮੁਸਲਮਾਨਾਂ ਹਸਤਾ ਰੱਖਿਆ ਜਿਹੜੇ ਅਸਾਂ ਨੇ ਦੀਨ ਰੱਖਿਆ ਅੱਲਾਹ ਤਾਲਾ ਹੈ ਅੱਲਾਹ ਤਾਲਾ ਤੇ ਬਹੁਤ ਰਹੀਮ ਹੈ ਜੁਰਮਾਨਾ ਨਾ ਆਖਰ ਨੇ ਅਸਾਂ अभी तुसा सठ मसीना की खाना 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 क्या जहर कि इतनी बड़ी इबदत ना इतना बड़ा अजर तुसा तोड़ देने और रोजा ना रखने तो उसना अजर, अजर अल्लाह ताली अपनी मखलूक खाना खिलाने जी, जी इस बारे जेडे लोग खाना खिलाने ना या खाने दीजा जिन्हें कि खुर्दो नोश आखने चीजा बेचने का अल्लाह का वास्ता है अल्लाह जिस इतनी बड़ी इबादत छोड़ दा उसनी जोड़ी रेमेडी है ਉਹ ਇਹ ਰੱਖੀ ਬਿ ਗਰੀਬਾਂ ਕੀ ਖਾਣਾ ਖਲਾਓ ਤਾਂ ਜਿਸ ਲੈ ਗਰੀਬਾਂ ਕੀ ਖਾਣਾ ਦੇਣੇ ਵਾਲੇ ਜਿਹੜੇ ਉਸਨਾ ਟਮਾਟਰ ਵੇਚਣੇ ਪਿਆਜ਼ ਵੇਚਣੇ ਆਟਾ ਵੇਚਣੇ ਦੁੱਧ ਵੇਚਣੇ ਜਿਹੜੀਆਂ ਜਿਹੜੀਆਂ ਖਾਣੇ ਪੀਣੇ ਜਿ ਖਜੂਰਾਂ ਵੇਚਣੇ ਉਹ ਜਿਸ ਲੈ ਮਹਿੰਗੀਆਂ ਕਰਸਨ ਜ਼ਖੀਰਾ ਕਰਸਨ ਉਹਨਾਂ ਕੀ ਤੇ ਫਿਰ ਅੱਛਾ ਮੇਰੇ ਇੱਕ ਹੋਰ ਵੀ ਕਿੰਨਾ ਕਿੰਨਾ بڑا ਜ਼ੁਲਮ ਕਿੰਨਾ بڑا ਜ਼ੁਲਮ ਬਹੁਤ بڑا ਜੀ ਜ਼ੁਲਮ ਹੈ ਛੋਟੀ ਜੀ ਗੱਲ ਕਿਉਂਕਿ ਖਬਰਾਂ ਹੋਰ ਵੀ ਹੈ ਉਸਨਾ ਦਰ ਵੀ ਜਲਣਾ ਮੈਂ ਛੋਟੀ ਜੀ ਇੱਕ ਆਕਸਾਂ ਕਿ ਮਹਿੰਗਾਈ ਜੀ ਹੋ ਗਈ ਹੈ ਇਹ ਹਕੀਕਤ ਉੱਪਰ ਜਿਹੜਾ ਨਾ ਹਕੀਕਤ ਪਸੰਦ ਹੋਣਾ ਚਾਹੀਦਾ ਹੈ ਮ तो भी थोड़ा जा हाथ हल्का रखना चाहिए जरूरी नहीं है कि दस्तरखान लाजमी, लाजमी है कि फ्रूट चाट बन लाजमी है कि दही पर बन कचौरिया कौड़े हो सीधा जा तरीका है ਖਜੂਰ ਨਾਲ ਰੋਜ਼ਾ ਖਲੋ ਜਿਹੜਾ ਸੁਨਤ ਤਰੀਕਾ ਹੈ ਠੀਕ ਹੈ ਕਰੀ ਸਿੱਧਾ ਰੋਟੀ ਖਾਓ ਕੋਈ ਖਜੂਰਾਂ ਰੱਖੀਆਂ ਜੇ ਵਿੱਚ ਅੱਲਾ ਨੇ ਬੰਦੇ ਮੈਂ ਦੁਕਾਨਾਂ ਤੇ ਨਹੀਂ ਆ ਰਿਹਾ ਮੈਂ ਇੱਥੇ ਬਾਅਦ ਸਟੂਡੀਓ ਤੇ ਆਇਆ ਮੈਂ ਬੰਦਾ ਬੰਦਾ ਜਿਸ ਲਈ ਪ੍ਰੋਗਰਾਮ ਚਾਹਣਾ ਕਿ ਅੱਧੇ ਇੱਕ ਬਾ ਖਜੂਰਾਂ ਕਿੰਨੇ ਚਾਹਤਾ ਕਿਹੜਾ ਜ਼ੁਲਮ ਆ ਯਾਸੀਨ ਸਾਹਿਬ ਟਾਫੀਆਂ ਦੇਣੇ ਮੈਂ ਕੋਈ ਨਹੀਂ 240 ਰੁਪਏ ਕਿਲੋ ਖਜੂਰਾ ਲਬਣੀਆਂ ਯਾਰ ਜਿਹੜੀਆਂ ਮੋਠੀਆਂ ਮੋਠੀਆਂ ਤੁਸਾਂ ਕੇ ਯਾਸੀਨ ਸਾਹਿਬ ਕੋਲ ਸਿਫਾਰਿਸ਼ ਕਰਾ ਕੇ ਟਾਫੀਆਂ ਲੈ ਕੇ ਦੇਸਾਂ ਯਾਰ ਹਾਂ ਤੁਸਾਂ ਟੈਨਸ਼ਨ ਨਹੀਂ ਲੈਣੀ ਅੱਛਾ ਅਗਲੀ ਖਬਰ ਤੱਕ ਜੁੜਨੇ ਹਾਂ ਖਜ ਤੋ ਜੀ ਰਾਜੀ ਜਬ ਖੂਜੂਰਾ ਨਹੀਂ ਆਇਆ ਜਿਹੜਾ ਤੁਹਾਡਾ ਜੋ ਵੀ ਜਮਤਾ ਕਿਹਾ ਐਤਨੀ ਫੁੱਲੀ ਸੀ ਜਿਹੜਾ ਉਹ ਤੂੰ ਜਲੇਬੀ ਬਾਈ ਸੀ ਜੇ ਵਿੱਚ ਉਹ ਜਨਾਬ ਵਾਲੀ ਹੋ ਤੁਸੀਂ ਕਿ ਜਲੇਬੀ ਚੋਈ ਗਈ ਸਾਰੀ ਜੇ ਲੋਕ ਆਖ ਨੇ ਨਵਾਂ ਡਿਜ਼ਾਈਨ ਹੈ ਉਹ ਮੈਂ ਕਹਿ ਗਿਆ ਨਹੀਂ ਜਨਾਬ ਹੈ ਕਹਿੰਦਾ ਫੈਲਣਾ ਹੀ ਜੁਲਣਾ ਹੈ ਅੱਛਾ ਕੀ ਅੱਛਾ ਖਬਰ ਇਹ ਵੇ ਕਿ ਆਪਣਾ ਤੁਸੀਂ ਉਹ ਬਿਆਨ ਬਹੁਤ ਤੱਕਣ ਵਾਲੇ ਤਕਿਆ ਵੀ ਹੋ ਸੀ ਤੁਸੀਂ ਨਜ਼ਰੋਂ ਵੀ ਲੰਘਿਆ ਹੋ ਸੀ ਇਹ ਮੋਹਤਰਮਾ ਜਿਹੜੇ ਮਰੀਮ ਨਵਾਜ਼ ਸਾਹਿਬਾ ਐਡੀ ਉਹਨਾਂ ਆਪਣੀ ਜੇਲ੍ਹ ਦੀ ਕਹਾਣੀ ਸੁਣਾਈ ਮੈਂ ਰੋਣਾ ਸ਼ੁਰੂ ਹੋਈ ਮੈਂ ਕਿ ਉਹ ਕਹਿ ਕਰ ਹਾਏ 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 ਕਹਿ ਕਰਦੇ

ਕਿ ਜਨਾਬ ਜੇ ਕੈਦੀ ਰੱਖ ਨਹੀਂ ਸਕਨੇ ਹੋ ਜੇ ਰੱਖਣ ਨਾ ਚਾਹ ਨਹੀਂ ਤੇ ਫਿਰ ਗ੍ਰਿਫਤਾਰ ਵੀ ਨਾ ਕੀਤੇ ਕਰ ਕੀਤੇ ਕਰ ਪਹਿਲੀ ਪਹਿਲੀ ਜ਼ਿੰਦਗੀ ਦੀ ਸੋਹਣੀ ਗੱਲ ਕੀਤੀ ਹੈ ਆਪਾਂ ਕਿ ਰੱਖਣ ਨਾ ਚਾਹ ਹੀ ਨਹੀਂ ਕਿ ਕਿਤਨਾ ਕੈਦੀ ਇਸਤਰੀ ਅੱਜ ਡਿਮਾਂਡ ਹੈ ਕਿ ਕੋਈ ਕੈਦੀ ਹੈ ਜਿਹੜਾ ਵਿੱਚ ਆਪਣੀ ਜ਼ਾਤੀ ਇਸਤਰੀ ਨਾ ਹੋਵੇ ਮਰੀਮ ਸਾਹਿਬਾ ਕਹਿ ਸੋਚਨੇ ਹੋ ਸਨ ਇਹ ਕੀ ਜਿਹੀਆਂ ਜੇਲਾਂ ਹੀ ਪਾਕਿਸਤਾਨੀਆਂ ਪਹਿਲੀ ਪਹਿਲੀ ਗੱਲ ਤੇ ਹੈ ਮਾੜਾ ਭਰਾ ਮਾੜਾ ਨਿੱਕਾ ਭਰਾ ਮਾੜਾ ਚੂਚੂ ਮੂਚੂ ਮਾੜੀ ਗੱਲ ਇਹ ਹੈ कि ਜਿਹੜੀ ਜੇਲ ਹੈ ਉਹ ਕੋਈ 5 ਸਟਾਰ ਹੋਟਲ ਤਾਂ ਨਹੀਂ ਕਿ ਤੁਈ ਤਾਂ ਤੁਸਾਂ ਕੀ ਇਸ ਦੀ ਨਾ ਤਾਂ ਜੇਲ ਵਿੱਚ ਮੈਂ ਦੱਸੋ ਜੇ ਬਾਹਰ ਨਾ ਕੋ ਇੱਕ ਮਿੰਟ ਇੱਕ ਮਿੰਟ ਤਰਾ ਬਾਹਰ ਨਾ ਕੋ ਵਫਤਾਰ ਵਹ ਦੋਰੇ ਉੱਪਰ ਤਾਂ ਜੇ ਇਸਤਰੀ ਨਾ ਵਹ ਤਾਂ ਸਲਵਟਾ ਪਈ ਹੋਣ ਕਿ ਆਇਜ਼ਤ ਰਹੀ ਜਿਹਾ ਜੀ ਸਾਹਿਬ ਇਹ ਕਹਿ ਦੀ ਇਹ ਗੱਲ ਸੋਹਣੀ ਹੈ ਤੁਸਾਂ ਨਹੀਂ ਕਿ ਕੋਈ ਮਜ਼ਮਾਨ ਆਗੇ ਸ਼ਨਾ ਕੋਈ ਹੋਰ ਐਸੀ ਵੀਆਈਪੀ ਸ਼ਖਸੀਅਤ ਆਗੇ ਜੇ ਬੰਦੇ ਇਸ ਤਰ੍ਹਾਂ ਚੀਲੇ ਲਾਏ ਹੋਣ ਜਿਸ ਤਰ੍ਹਾਂ ਕੜੇ ਤੋਂ ਕੱਡੇ ਬਲੂਚੇ ਹੋਣ ਤਾਂ ਕੋਈ ਗੱਲ ਹੀ ਰਹਿਣੀ ਲੇਕਿਨ ਪਹਿਲੇ ਦੂਈ ਗੱਲ ਇਹ ਹੈ ਕਿ ਇਹ ਤਾਂ 5 ਸਟਾਰ ਹੋਟਲ ਨਹੀਂ ਹੋਣਾ ਤੇ ਤੀਜੀ ਗੱਲ ਇਹ ਹੈ ਕਿ ਜਿਸ ਲੈ ਉਸ ਆਖਿਆ ਕਿ ਤੀਏ ਇਸ ਤਰ੍ਹਾਂ ਕਰਕੇ ਆਟਾ ਗੁੰਨ ਤੇ ਰੋਟੀ ਛੋਟੀ ਪਕਾ ਵੀ ਭੁੱਖ ਲਗੀ ਉਸ ਆਖਿਆ ਮੀ ਆਟਾ ਤੇ ਥਿਆਈ ਕੋਨੀ ਉਸ ਆਖਿਆ ਫਿਰ ਤੁਸੀਂ ਕਰ ਪ੍ਰਾਠੇ ਬਣਾ ਕੇ ਉਹ ਗੱਲ ਹੈ ਵੀ ਜਿੱਥੇ ਇਸਤਰੀ ਨਹੀਂ ਉਥੇ ਫਰਾਈਪਾਨ ਤੇ ਆਏ ਤੱਕ ਹੋਏ ਫਰਾਈਪਾਨ ਆਖਣੀ ਜਾਂ ਫਰਾਈਪੈਨ ਆਖਣੀ ਦੇਖੋ ਜੀ ਅਸਾਂ ਦੇਸੀ ਤਰੀਕੇ ਨਾਲ ਫਰਾਈਪਾਨ ਹੀ ਆਖਣਾ ਪੈਨ ਨਾਲ ਅਸਾਂ ਬਣਾ ਨਹੀਂ ਪੈਨ ਨਾਲ ਨਹੀਂ ਬਣਾ ਤੁਸੀਂ ਪੈਨ ਨਾਲ ਬਣਾ ਉਹਨਾਂ ਤੁਸੀਂ ਹੱਥਾਂ ਵੀ ਇੱਕ ਪੈਨ ਲਾਇਆ ਹੋਇਆ ਹੈ ਤੇ ਗੱਲ ਇਹ ਆਪਣਾ ਐਮਰ ਰਜੀਪ ਸਤੀ ਸਾਹਿਬ ਕਿ ਉੱਥੇ ਤੱਕ ਉਹ ਨਾ ਉਹਨਾਂ ਕੀ ਫਰਾਈ ਪੈਨ ਜਿਹੜਾ ਉਹ ਪ੍ਰੋਵਾਈਡ ਕੀਤਾ ਮਈਆ ਕੀਤਾ ਮਯਸਰ ਹੋਇਆ ਔਰ ਫਿਰ ਉਹ ਗੈਸ ਨਾ ਚੁਲਾ ਮਯਸਰ ਹੋਇਆ ਜਿਸ ਨੇ ਪਰ ਉਹ ਗਰਮ ਕਰਨੇ ਰਹੇ ਜਾਂ ਹੀਟਰ ਹੋਇਆ ਜਿਸ ਨੇ ਪਰ ਗਰਮ ਕਰਨੇ ਰਹੇ ਹੁਣ ਇਸਤਰੀ ਨਾ ਅਗਰ ਨਹੀਂ ਕਰ ਸਕੇ ਤੇ ਮੈਂ ਆਖਣਾ ਉਹਨਾਂ ਕੀ ਤੁਸੀਂ ਹੁਣ ਤੁਸੀਂ ਦੀ ਹਕੂਮਤ ਹੈ ਉਹ ਫੋਰ ਰਾਜਾ ਜੀ ਰਾਜਾ ਜੀ ਰਾਜਾ ਜੀ ਇਹ ਨਾਜ਼ੁਕ ਹੱਥ ਤੇ ਜਨਾਬ ਫਰਾਈ ਪੈਨ ਹੈ ਕਿ ਜੇ ਇਸਤਰੀ ਕਰਸਨ ਇਸ ਤਰ੍ਹਾਂ ਇਸ ਤਰ੍ਹਾਂ ਫੇਸਨ ਕਿਆ ਬਣ ਸੀ ਕਿਆ ਬਣ ਸੀ ਕਿਆ ਬਣ ਸੀ ਅੱਲਾ ਨੇ ਬੰਦਿਆ ਜੇ ਗਰਮੀਆਂ ਸ਼ੁਰੂ ਨਹੀਂ ਹੋਈਆਂ ਤਾੜੀ ਇਹ ਹਾਲਤ ਹੋ ਗਈ ਜਿਹੜਾ ਗਰਮੀਆਂ ਹੋਈਆਂ ਤਾਂ ਕਿਹ ਬਣਸੀ ਤਾੜਾ ਮੈਂ ਤੇ ਇਹ ਫਿਕਰ ਬਣ ਗਿਆ ਤੂੰ ਫਰਾਈ ਪੈਣਾ ਨਹੀਂ ਇਹ ਤੁਸੀਂ ਨਹੀਂ ਸਮਝਦੇ ਕਿ ਮੁਲਕ ਦੀ ਇਤਨੀ ਵੱਡੀ ਲੀਡਰ ਤੇ ਜਨਾਬੇ ਵਾਲੀ ਉਸ ਨਾਲ ਇਹ ਜ਼ਿਆਦਾ ਕਿੱਥਾ ਉਸਦੀ ਉਮਰ ਅਜੇ 40 ਸਾਲ ਨਹੀਂ ਕਿੱਥਾ ਵੱਡੀ ਲੀਡਰ ਉਹ 40 ਨਹੀਂ ਜੀ 50 ਤੱਕ ਪਹੁੰਚ ਗਈ ਲੇਕਿਨ ਤੁਸੀਂ ਉਹਨਾਂ ਨਾਲ ਮਰਤਬਾ ਤੇ ਦੇਖੋ ਨਾ ਕਿੰਨਾ ਬੜਾ ਹੈ ਮਰਤਬਾ 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 ਤਾਂ ਬਹੁਤ ਬੜਾ ਤੁਸਾਂ ਹੀ ਪਤਾ ਲੇਕਿਨ ਇੱਕ ਗੱਲ ਇਹ ਹੈ ਕਿ ਮਰਤਬਾ ਉਹਨਾਂ ਨੇ ਬੜਾ ਔਰ ਬੜੇ ਉਹਨਾਂ ਤੂਫਾਨੀ ਦੌਰੇ ਸ਼ੁਰੂ ਕਰ ਦਿੱਤੇ ਪਿੰਡੀ ਸਰਗੋਦਾ ਆਪਣਾ ਪਹਿਲੇ ਹਜ਼ਾਰੇ ਫਿਰ ਪਹਿਲੇ ਬਾਵਲਪੁਰ तो उन्हें एक अपने जेडे तो कारकुन है ना उन्हें अरताश पैदा कर दी लेकिन पिंडी वाले बड़ा गिला किता उन्हें आखिर तुम बड़े बड़े इतना लीडर अस सिर पर रखे असं इज्जत ही नहीं देने असं अंदर जिला इजाज होना असं बड़न नहीं देने उन्हें फिर नारे मारे के कारकुन को इज्जत दो कारकुन को इज्जत दो कार सु कारकुन मैं जनाब मैं भी नारा लाया ना मैं जो इस तरह कहता मैं कारकुन को इज्जत दो एक बंदे जनाबी डियोडरेंट जिसकी आखने देता कह रहे पहले इसको भी थोड़ी सी इज्जत दो ਬੜੀ ਗੱਲ ਹੈ ਬੜੀ ਸੋਹਣੀ ਗੱਲ ਕੀਤੀ ਹੈ ਲੇਕਿਨ ਇਹ ਇਤਨੀ ਜਿਹੜੀ ਸੋਹਣੀ ਗੱਲ ਵੈ ਫਿਰ ਨੀਕੀ ਜੀ ਮੈਂ ਬ੍ਰੇਕ ਮਾਰਨਗੇ ਜਨਾਬ ਅਸਾਂ ਨੀਕੀ ਜੀ ਮਾਰਸਾਂ ਬ੍ਰੇਕ ਕੋਰੇ ਗੱਛਿਆ ਨਾ ਅਸਾਂ ਬਹੁਤ ਸੋਹਣੀਆਂ ਖਬਰਾਂ ਰੱਖੀਆਂ ਔਰ ਖਬਰਾਂ ਨਾ ਅੱਜ ਅਸਾਂ ਪੜ ਆਂਦੀ ਨਾਲ ਰਹਸੋ पर ये कि जनाबी अली के जी पंजाब हुकूमत पाकिस्तान क्रिकेट बोर्ड को अंदाज़े के मुताबिक चाली करोड़ रुपया के कि जनाबे अली ए सिक्योरिटी के बाकी इंतजाम उपर ख़र्चा सी थी। ठीक है जी तो असं चाली करोड़ रुपया दियो तो फिर अपना पंजाब मैचेस हो समझ मतलब लाहौर से रावलपिंडी मैचिज रखे से एक कोई मिलाई तो कोई भी ने मैचिज बनने से उन्होंने आख्या कि असने चाली करोड़ रुपया लागत असी पैसे दे सो तो फिर मुमकिन हो रुपया कोई नहीं हाथ खड़े करे ਤੇ ਉਹਨਾਂ ਕਹ ਆ ਕੇ ਬੋਰਡ ਵਾਲਿਆਂ ਬੋਰਡ ਵਾਲਿਆਂ ਆ ਕੇ ਹੁਣ ਮੈਂ ਤੁਸਾਂ ਕੀ ਇੱਕ ਪਾਕਿਸਤਾਨ ਸੁਪਰ ਲੀਗ ਨੇ ਇੱਕ ਇੱਕ ਆਮ ਉਦੇਦਾਰ ਹੈ ਉਹਨਾਂ ਇੱਕ ਟਵੀਟ ਸ਼ੇਅਰ ਕੀਤਾ ਉਹਨਾਂ ਆਮ ਨੇ ਅੱਖਾਂ ਖੋਲ ਨਾਸਤਾ ਹੈ ਉਹਨਾਂ ਇੱਕ ਟਵਿੱਟਰ ਥ੍ਰੈਡ ਜਿਸ ਵਿੱਚ ਬਹੁਤ ਸਾਰੇ ਟਵੀਟ ਹੋਣੇ ਉਹ ਉਹਨਾਂ ਸ਼ੇਅਰ ਕੀਤਾ ਉਹਨਾਂ ਆਖਿਆ ਜਨਾਬੇ ਆਲੀ ਕਿ ਜੇ ਪੰਜਾਬ ਵਿੱਚ ਮੈਚਸ ਨਹੀਂ ਹੋਣੇ ਹੂੰ ਜੇ ਇਸ ਵਜ੍ਹਾ ਨਾਲ ਮੈਚਸ ਨਹੀਂ ਹੋਣੇ ਇਸ ਵਿੱਚ ਫੇਲਿਅਰ ਹੋ ਸਭ ਤੋਂ بڑا ਉਸੀ ਹਕੂਮਤ ਪੰਜਾਬ ਦਾ ਠੀਕ ਹੈ नुकसान उसी उस आमाम जो सुपरसटार के अपने सामने खेड़ना देखना चाहने ठीक है उस अखा खोली तो आख्या कि एक गलत दस जुला कि तेज अरेंजमेंट कर ये तसान नहीं करन लगे ये बतौर जनाब हुकूमत स्रायज है कि त्योरिटी फराहम करनी क्योंकि नैशनल कॉज है पी एस एल नैशनल कॉज है क्योंकि ਆਪਣਾ ਬਾਹਰੋਂ ਪਲੇਅਰ ਆਣੇ ਤੇ ਸਾਡੀ ਮੁਲਕ ਦੀ ਪ੍ਰੋਮੋਸ਼ਨ ਹੋਣੀ ਸਕਾਫਤੀ ਤੌਰ ਉੱਪਰ ਵੀ ਸਪੋਰਟਸ ਵੀ ਪ੍ਰੋਮੋਟ ਹੋਣਾ ਸਾਡਾ ਮੁਲਕ ਵੀ ਪ੍ਰੋਮੋਟ ਹੋਣਾ ਤੇ ਸਾਡਾ ਪੀਸਫੁਲ ਲੋਕ ਇਹ ਵੀ ਪ੍ਰੋਮੋਟ ਹੋਣਾ ਦੂਆ ਵਾਕਿਆ ਕਿ ਅਸਾਂ ਇੱਕ ਬਹੁਤ ਬੜੀ ਤਦਾਦ ਦੇ ਟੈਕਸ ਪੇ ਕਰਨੀ ਪਾਕਿਸਤਾਨ ਸੁਪਰ ਲੀਗ ਪਾਕਿਸਤਾਨ ਕ੍ਰਿਕਟ ਬੋਰਡ तमाम ਫਰੈਂਚਾਈਜ਼ਸ ਜਿਹੜਾ ਹਕੂਮਤੀ ਖਜ਼ਾਨੇ ਚ ਜਾਣਾ ਅਸਾਂ ਟੈਕਸ ਪੇਅਰ ਆ ਵਨ ਆਫ ਦਾ ਲਾਰਜੈਸਟ ਟੈਕਸ ਪੇਅਰ ਕੰਪਨੀ ਇਨ ਦਾ ਪਾਕਿਸਤਾਨ ਤੇ ਅਸਾਂ ਹਰ ਚੀਜ਼ ਨਾਲ ਪੇ ਕਰਨੇ ਆ ਸਿਕਿਉਰਿਟੀ ਮਦਦ ਪੇ ਕਰਨੇ ਆ ਉਹਨਾਂ ਆਖਿਆ ਬਹੁਤ ਬੜੀ ਤਦਾਦ ਵਿੱਚ ਅਸਾਂ ਜਿਹੜੇ ਪਾਸਿਸ ਦੇਣੇ ਆ ਸਿਕਿਉਰਿਟੀ ਇਦਾਰਿਆਂ ਕੀ ਜਿਸ ਨੇ ਬਹੁਤ ਬੜੀ ਤਦਾਦ ਬਣਨੀ ਉਹਨਾਂ ਕੀ ਅਕਮੋਡੇਟ ਕਰਨ ਆਸਤਾ ਹੈ ਉਸ ਨੇ ਬਾਅਦ ਉਹਨਾਂ ਕੀ ਬਾਕੀ ਖਾਣਾ ਪ੍ਰੋਵਾਈਡ ਕਰਨਿਆ ਉਸ ਇਤਨੀ ਬੜੀ ਫੈਰਿਸ ਦਿੱਤੀ ਕਿ ਅਸਾਂ ਕਿਆ ਕਿਆ ਕਰਨਿਆ ਔਰ ਅਸਾਂ ਗ੍ਰਾਂਟ ਉੱਪਰ ਨਹੀਂ ਚੱਲਨੇ ਪਾਕਿਸਤਾਨ ਕ੍ਰਿਕਟ ਬੋਰਡ ਆਪੇ ਪੈਸੇ ਕਮਾਣਾ ਆਪੇ ਚੱਲਣਾ ਤਾਂ ਤੁਸੀਂ ਇਹਸਾਨ ਨਹੀਂ ਕਰਨ ਲੱਗੇ ਮੈਂ ਮੈਂ ਇਸ ਨਾਲ ਜਵਾਬ ਦੇ ਸਾ ਮੈਂ ਜੀ ਜੀ ਮੈਂ ਆਖਣਾ ਜਿਹੜੀ ਹਕੂਮਤ ਹੈ ਪੰਜਾਬ ਜਿਹੜੀ ਗੱਲ ਕੀਤੀ ਨਾ ਉਹ ਬਿਲਕੁਲ ਠੀਕ ਕੀਤੀ ਔਰ ਦੂਈ ਗੱਲ ਇਹ ਹੈ ਕਿ ਪਿੰਡੀ ਦੇ ਮੈਚ ਪਿੰਡੀ ਦੇ ਮੈਚ ਹੋਣੇ ਨਹੀਂ ਚਾਹੀਦੇ ਪਹਿਲੀ ਗੱਲ ਪਤਾ ਹੈ ਕਿ ਤਕੋ ਇਹ ਜਿਹੜਾ ਪਿੰਡੀ ਨਾਲ ਜਿਹੜਾ ਕ੍ਰਿਕਟ ਸਟੇਡੀਅਮ ਹੈ ਨਾ एक हकूमतें पंजाब ने एक क्रिकेट बोर्ड ना नहीं बिल्कुल ठीक है इसकी इस्तेमाल करने इत जनाब लोग टिकट लैके आने मैच तकने और ठीक है उन्होंने ये शौक है क्रिकेट नाल मुहब्बत करने लेकिन जोड़ा जी जमीन है जो स्टेडियम बनया जिसने पर करोड़ों रुपए लगे उसना भी तो कोई खर्चा थे ना उन्हें चाहिए ना कि जो किराया मुआवदा तय पाया हो जिस इस्तेमाल कर समाल करस महीने ना छे महीने ना साल तय पाया हो एक एकमेला मुआयदा होया ਉਸ ਵਾਅਦੇ ਦੀ ਪੂਰਾ ਕਰਨਾ ਚਾਹੀਦਾ ਕਿਉਂਕਿ ਤੁਸੀਂ ਵੀ ਪੈਸੇ ਬਿਲਕੁਲ ਕਰਨਾ ਚਾਹੀਦਾ ਲੇਕਿਨ ਇਸ ਦਾ ਮਕਸਦ ਇਹ ਹੈ ਕਿ ਪੀਐਸਐਲ ਦਾ ਮੈਚ ਨਾ ਹੋ ਰਿਹਾ ਦੋਈ ਗੱਲ ਦੋਈ ਗੱਲ ਮੈਂ ਆਖਣਾ ਕਿ ਪਿੰਡੀ ਦਾ ਮੈਚ ਨਹੀਂ ਹੋਣੀ ਚਾਹੀਦਾ ਪੁੱਛੋ ਕਿਉਂ ਕਿਉਂ ਯਾਰ ਬੰਦਾ ਆਖਣਾ ਪਾਸ ਦਿਓ ਉਹ ਯਾਰ ਮੈਂ ਕਿ ਤੁਹਾਨੂੰ ਮੈਂ ਕੋਥਾ ਮਾੜਾ ਨਾ ਕੋ ਨਜਮ ਸੇਠੀ ਹੈ ਮੈਂ ਕਿਥੋਂ ਦਿਆਂ ਪਾਸ ਵੀ ਜੀ ਮੰਗੇ ਸਨ ਪਾਸ ਹਾਂ ਮੀ ਇੱਕ ਬੰਦਾ ਆਖਣਾ ਕਿ ਮੇਰੀ ਫੈਮਲੀ ਨੇ ਦੇਖਨੇ ਹੈ ਤਾਂ ਕੋਈ 50 ਇੱਕ ਵੀ ਵੀ ਆਈਪੀ ਪਾਸ ਮੈਂ ਕਹਾ ਅੱਲਾਹ ਨੇ ਬੰਦਿਆਂ 50 ਦਾ ਸੀਟਾ ਨਹੀਂ ਹੋਣੀਆ ਮੈਂ ਕਹਾ ਜ਼ਾਤੀ ਸੀਟ ਇੱਕ ਬੰਦੇ ਕੀ ਮੈਂ ਆਖਿਆ ਜੇ ਮਾੜ फरवाइश पता क्या की कह रहा यार पास एवं नहीं

ਸਸਤੀ ਗਈ ਸੀ ਹਾਂ ਉਹ ਅਰਬ ਰੁਪਏ ਉਨ੍ਹਾਂ ਕਿ ਆਖੋ ਨਾ ਅਰਬ ਰੁਪਇਆ ਦੇਣੇ ਉਹ ਨਹੀਂ ਦੇਣ ਲਗੇ ਮੈਂ ਨਹੀਂ ਮੈਂ ਮੈਂ ਵੀ ਨਹੀਂ ਅਰਬ ਰੁਪਇਆ ਦੇਣ ਲਗਾ ਮੇ ਕੋ ਹੈ ਨਹੀਂ ਨਾ ਨਹੀਂ ਨਹੀਂ ਅਗਲੀ ਖਬਰ ਨਹੀਂ ਹਲੇ ਇਹ ਖਬਰ ਨਹੀਂ ਮੈਂ ਛੋੜਨ ਲਗਾ ਅੱਛਾ ਕੈ ਤੁਸੀਂ ਕੀ ਮੈਂ ਕਹਿੰਨਾ ਮਕਸਦ ਇਹ ਵੇ ਕਿ ਮੋਸੇ ਨਕਵੀ ਸਾਹਿਬ ਆਹ ਜੀ ਤੁਸੀਂ ਆਪਣੇ ਜਿਹੜੇ ਵਜ਼ੀਰ ਆ ਲਾਏ ਮੋਸੇ ਨਕਵੀ ਸਾਹਿਬ ਤੁਸੀਂ ਆਪ ਮੀਡੀਆ ਇੱਕ ਚੈਨਲ ਕੀ ਐਡ ਕਰਨੇ ਰਹੇ ਹੋ ਤੇ ਤੁਸੀਂ ਆ ਮਾਮਲੇਤ ਕੀ ਸਮਝਨੇ ਹੋ ਤੇ ਇਹ ਜੇ ਕਿਸੇ ਵੀ ਸੂਰਤ ਵਿੱਚ ਮੈਂ ਬਾਕੀ ਸਾਰੇ ਮਾਮਲੇਤ ਹੋਣ ਕਿਸੇ ਵੀ ਸੂਰਤ ਵਿੱਚ ਕੋਈ ਵੀ ਵਜ੍ਹਾ ਬਣਨੀ ਪੰਜਾਬ ਵਿੱਚ ਮੈਚਸ ਸ਼ਿਫਟ ਹੋਣੇ ਵਾਪਸ ਕਰਾਚੀ ਚ ਦੇਖੋ ਨਾ ਹਕੂਮਤ ਸਿੰਧ ਵੀ ਤੇ ਅਥਾ ਸੀ ਨਾ ਹਕੂਮਤ ਸਿੰਧ ਜਨਾਬੇ ਵਾਲੀ ਕੋਈ ਨਾ ਐਕਸਟਰਾ ਚਾਰਜਸ ਨਹੀਂ ਕਿਦੇ ਆਪਣੇ ਉੱਪਰ ਸਾਰੀ ਉਹ ਮੈਨੇਜ ਕੀਤੀ ਤੇ ਪਹਿਲੇ ਵੀ ਪੰਜਾਬ ਵਿੱਚ ਮੈਚਸ ਹੋਣੇ ਰਹੇ ਸਟੇਡੀਅਮ ਕੀ ਜਿਸ ਤਰ੍ਹਾਂ ਅਪਗ੍ਰੇਡ ਕੀਤਾ ਹੈ ਵੀ ਤੱਕ ਨਾ ਅਪਗ੍ਰੇਡਸ ਆ ਉਹ ਹੋਰ ਮਾਮਲਾ ਦੇਖੋ ਜੀ ਰਾਜਾ ਸਾਹਿਬ ਇਹ ਦੋ ਮਾਮਲੇ ਮਿਕਸ ਹੋਣੇ ਪਏ ਉਹ ਮਾਮਲਾ ਹੋਰ ਹੈ ਇਹ ਮਾਮਲਾ ਆ ਰਿਹਾ ਪੀਐਸਐਲ ਵਾਲਾ ਯਾਰ ਅੱਲਾ ਨੇ ਮਜਬੂਰ ਕਰਾ ਲਿਆ ਜੇ ਪੰਜਾਬ ਨੇ ਮੈਚਸ ਸ਼ਿਫਟ ਹੋਈ ਜਾਣ ਮਰੇ ਬੋਦੋ ਕਿੰਨਾ ਬੁਰਾ ਤਾਅਸਰ ਜਾਸੀ ਪੂਰੀ ਤਾਅਸਰ ਜਾਸੀ ਯਾਰਾ ਕੀ ਬੁਰ

ਇਸਰਾ ਕੋਸ਼ਿਸ਼ ਕਰਿਆ ਕਰਕੇ ਇਹ ਐਲ ਸਟਾਈਲ ਤੋਂ ਬਿਸ਼ਾ ਕਰ। ਦੇਖੀਏ ਮੇਰੀ ਬਾਤ ਸੁਣੇ। ਉਹਨੂੰ ਚਾਹੀਏ ਕਿ ਫੌਰਨ ਸੇ ਪਹਿਲੇ ਉਹਨੂੰ ਕਹੇ ਇਹ ਸਟੇਡੀਅਮ ਹੈ, ਹਮ ਆਪਕੋ ਦੇ ਰਹੇ ਹਾਂ ਔਰ ਕੁਰਸੀਆਂ ਵੀ ਲਗਾ ਕੇ ਦੇ। ਸਹੀ ਵਾਲੀ ਲਗਾ ਕੇ ਦੇ। ਇਹ ਕੁਰਸੀਆਂ ਨਹੀਂ ਲਗਾ ਕੇ ਦੇ ਰਹੇ। ਮੈਂ ਦਾਖਣਾ ਸੋਫੇ ਲਾ ਕੇ ਦੇਣ ਜਿੱਥੇ ਲੰਮੇ ਪੈ ਕੇ ਲੋਕ ਮੈਚ ਤੱਕ ਹਾਂ ਤੱਕ ਉਹਨਾਂ ਚੰਗੀ ਗੱਲ ਹੈ ਨਾ। ਤੋ ਨਾਲ ਹੈ ਕਿਹੜਾ ਇੱਕ ਸੀਨ ਆਸੀ ਕਿ ਜਨਾਬੇ ਆਲੀ ਇੱਕ ਜਾਤਕ ਖੂਬਸੂਰਤ ਜਾਤਕ ਵਾ ਲੰਮਾ ਪਿਆ ਹੋਇਆ, ਇੱਕ ਮਾਲਸ਼ੀਆ ਉਸਨੇ ਪਿੰਨੀ ਘੁੱਟ ਰਿਆ ਹੋਇਆ। ਨਾਲ ਉਹ ਦਾਦ ਵਾ ਜੀਵ ਮਾਰ ਛੱਕਾ ਮਾਰਨ ਵਾਲਿਆ ਦਿਲ ਲੈ ਗਿਆ। ਸ अगली खबर हाँ जी खबर बहुत सारियाँ जी खबर नहीं तो गल पे करने हो खबर ये है कि खबर किसी को ना हुई और वो खबर लेकर खबर करके कर खबर से चला गया लेकिन खैर ये है कि कहना का मकसद देवे कि जीएसएल है जी इकट्ठा अच्छा। करने के, के रिप्रजेंटेशन इस्लामाबाद वफाक रिप्रेजेंटेशन फिलौर पिशावर कोयटा कराची ये सारे लोग तकने चाहे क्रिकेट ने शौक रखना कोई क्रिकेट ने शौक नहीं रखना पूरे मुल्क की एक यकजा करी एक कुवत है ठीक है तो उसमें पाकिस्तान सुपरली खास तौर पर यह देखो ये पूरे मुल्क की बदनामी है किसी भी तरीके ना कि इन्हें पता क्या 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 कोशिश की इन्हें आख्या कि भाई ये फ्रेंचाइज सारा खर्चा उठाए ओला नहीं हो बंदे हो चार पाल जी पी एस एल है पहले मुकम्मल तौर पर पहले यू ए फिर जुज्वी तौर पर पाकिस्तान आई फिर इतने साल उन्हें इतनी बड़ी रकम अपनी ला के जेबू ला के नुकसान हर साल नुकसान बर्दश् कर बर्दश्त एक पूरा सीजन प्रॉपर पाकिस्तान होने का मकसद इतना इतना पैसा लाया फिर कोड करो कि जनाबे कि सिक्योरिटी रकम शेयर करो तो फिर टीम बंद हो ना ਉਹ ਤੱਕ ਆਸਾਨੀ ਆਪਣੀ ਆ ਅਸਾਂ ਕਤਰ ਜਿਹੜਾ ਹੋਇਆ ਹਮ ਉਹਨਾਂ ਆਸਾਂ ਸਿਕਿਉਰਟੀ ਕੀ ਦੀ ਨਾ ਉਹਨਾਂ ਆਸਾਂ ਕੀ ਬਕਾਇਦਾ ਪੈਸੇ ਦਿੱਤੇ ਜੀ ਦਿੱਤੇ ਠੀਕ ਹੈ ਤੇ ਇੱਥੇ ਵੀ ਜਿਹੜੇ ਸਿਕਿਉਰਟੀ ਦੇ ਅਦਾਰੇ ਮਤਲਬ ਉਹਨਾਂ ਸਿਕਿਉਰਟੀ ਦੇ ਅਦਾਰੇ ਜਿਸ ਲੈ ਕੋਈ 500 ਹਜ਼ਾਰ 300 ਹਜ਼ਾਰ ਇੱਥੇ ਬੰਦੇ ਲਗੇ ਉਹ ਪੁਲਿਸ ਵਾਲੇ ਠੀਕ ਹੈ ਉਹ ਉਹ ਵਿਚਾਰੇ ਸਾਰੀ ਤਰ੍ਹਾਂ ਖਰੋਣੇ ਤੋਂ ਉਹਨਾਂ ਟੂੜਾ ਵੀ ਖਾਣਾ

शबाज शरीफ साहब और जरदारी की मुलाकात अहम इजलास अस खुद नोटिस पर तश्ल बेंच पर तफजात सदर की जानब से इलेक्शन की तारीख देने का ऐलान गैर आयनी करारनाब आप जो मर्जी गैर आयनी करार दे रहे अदालत आ गल यह है कि अदालत जड़ी है ना आगी आ गई मैदान उन्हें आख्या भी हूँ असं आप चेक कर सपू फ फैसला कर सा और उसने उसकी सारे मन्ना पैसी लेकिन जड़ी एक आखियां मैं आखिर दसा हाँ। चीज दसन लग हाँ। कि फर्ज करो एक आखने भी ए जड़ी, अदालत है ये बाली भनिया ही गलत गई हाँ। गैर आइनी कम है दू कम हो सहन कि नब्बे दिन अंदर अंदर इलेक्शन लाजमी है आईन न तकाजा है लेकिन हम नासर राजा एक बड़ी टेक्निकल गल कर लगा टेक्निकल ये है कि ही पता कि अगर इलेक्शन कमिश्नर क्या नाम है राजा सिकंदर जेड़ा भी है जेड़ा भी है अपना राजा सिकंदर साहब जेड़े वो रिजाइन कर देने ठीक है जो रिजाइन कर देने इसका मतलब एक अहम सीट एक आईनी सीट खाली होगी यानी जानिना चीफ इलेक्शन कमिश्नर ही कोई नहीं उसने इंतखा ना एक तरीका है कि अपोजिशन और हुमत मिलकर नमें उसना इंतखा कर सी कि भी ये ऐसा ना नवा इलेक्शन कमीशनर तुसा भी ना वो मने हुकूमत भी नहीं मननी अपोजिशन मनी नहीं उसके पर कंसैस नहीं होने तो थोड़ा जहां और लम्मा काम हो गया आखने पे हो के जानी बुझीत है लेट पर करने गड्डिया की अला खबर क्या आखने इसकी क्या आखने अंग्रेजी अंग्रेज क्या आखना गो स्लो पॉलिसी अपना गो नहीं जी ग्री गो चुकी गई खजूरें पच्चीस से चार सौ पच्चीस पच्च से चार सौ पचास रुपए तक महंगी रमजान से कबल महंगाई का तूफान बरपा दर्जा अवल का जो आयल और घी की कीमत में चौबीस से चालीस रुपए बढ़ गई दोम का सेल होलसेल रेट बीस रुपए बढ़ा दिया गया है नाल दुई खबर ये कि अपना सदर ने फाइनेंस सप्लीमेंट्री बिल की मंजूरी दे दी एक सौ सत्तर अरब रुपए के नए टैक्स नाफिज कौम असंबली में बिल पेश होने के बाद ਆਰਿਫ ਅਲਵੀ ਸਾਹਿਬ ਕੋ ਭਿਜਵਾਇਆ ਗਿਆ ਥਾ ਇਹ ਤਾਂ ਇਹ ਆਵਾਮ ਆਸਤ ਤੋਹਫਾ ਦੇਖੋ ਨਾ ਕਿਤਨਾ ਉਮਤ ਖਿਆਲ ਕਰਨੀ ਵੀ ਤੁਸਾਂ ਆਵਾਮ ਨਾ ਇਹ ਦੇਖੋ ਨਾ 170 ਅਰਬ ਰੁਪਏ ਨਾਲ ਟੈਕਸ ਕੋਈ ਆਮ ਬੰਦਾ ਲਈ ਸਕਣਾ ਇਹ ਖਿਆਲ ਕਰਨਾ ਤੇ ਲਾਣੀ ਨਾ ਹਕੂਮਤ ਹੈ ਬਿਲਕੁਲ ਬਿਲਕੁਲ ਹਕੂਮਤ ਇਹ ਤਕਣੀ ਵੀ ਅਮੀਰ ਲੋਗ ਇਥੇ ਰਹਿਣੇ ਲੇਕਿਨ ਇੱਕ ਤੁਸਾਂ ਬੜੀ ਅੱਛੀ ਗੱਲ ਕੀਤੀ ਆਪਣਾ ਅਹਿਮਦ ਰਜੀਬ ਸਤੀ ਸਾਹਿਬ ਮੈਂ ਤੁਸਾਂ ਕੀ ਪੂਰੇ ਨੰਬਰ ਦੇਸਾਂ ਇਸ ਤਰ੍ਹਾਂ ਉਹ ਗੱਲ ਤੁਸਾਂ ਇਹ ਕੀਤੀ ਕਿ ਰਮਜ਼ਾਨ ਆ ਰਿਹਾ ਔਰ ਰਮਜ਼ਾਨ ਸੋ ਪਹਿਲਾ ਵੀ ਔਰ ਰਮਜ਼ਾਨ ਵਿੱਚ ਵੀ ਅਸਾਂ ਕੀ ਸਾਦਗੀ ਅਪਣਾਣੀ ਚਾਹੀਦੀ ਅਸਾਂ ਜਿਹੜੇ ਅਨਵੋ ਇਕਸਾਮ ਨੇ ਜਿਹੜੇ ਅਸਾਂ ਆਪਣੇ ਖਾਣੇ ਚੁਣਦੇ ਨੇ ਆ ਜਿਸ ਨੇ ਅਸਾਂ ਪਕੌੜੇ ਅਸਾਂ ਖਜੂਰਾ ਅਸਾਂ ਚਾਟਾਂ ਅਸਾਂ ਕਚੋਰੀਆਂ ਅਸਾਂ ਸਮੋਸੇ ਅਸਾਂ ਜਲੇਬੀਆਂ ਅਸਾਂ ਜਨਾਬ ਕਿਆ ਹੋਣਾ ਪੁਲਾ ਪੁਲਾ ਕਚੋਰੀ ਕਿਵੇਂ ਆਲੀ ਕਿਵੇਂ ਆਲੀ ਕਿਵੇਂ ਆਲੀ ਖਚੋਰੀ ਮੈਂ ਆ ਗਿਆ ਨਾ ਇਹ ਆਖਣੇ ਵੀ ਗਰਾਟੋ ਜਲੇਬੀ ਗਰਾਟੋ ਯਾਰ ਆ ਵੀ ਕਰਨ ਦੇ ਸਹੀ ਗਰਾਟੋ ਗਰਾਟੋ ਮੈਕੈਨਿਕ ਨਾ ਪੂਰਾ ਕਿਨੋ ਨਾ ਬਈ ਸਾਰ ਜਲੇਬੀ ਮੈਂ ਆ ਆ ਸੋੜਿਆ ਤੇ ਪਾਵੇਂ ਗਰਾਟੋ ਨਹੀਂ ਸੁਮੋਸੇ ਛੋਟੇ ਵੀ ਰੱਖਣੇ ਨੇ ਕੀਮੇ ਵਾਲੇ ਅਲੱਗ ਰੱਖਣੇ ਤੇ ਸਬਜ਼ੀ ਵਾਲੇ ਅਲੱਗ ਵਾਲੇ ਅਲੱਗ ਇੱਕ ਹੋਰ ਚੀਜ਼ ਆ ਜਿਸ ਦੀ ਰੋਲ ਆਖਣੇ ਆਏ ਸਪਰਿੰਗ ਰੋਲ ਆਏ ਹਾ ਹਾ ਜਿਹੜਾ ਕਿਸ ਨੂੰ ਕੀ ਪਤਾ ਕਿ ਉਹ ਜਨਾਬੇ ਵਾਲੀ ਵਿੱਚ ਸਰਕਾ ਪਿਆ ਹੋਵੈਤਾ ਵਿੱਚ ਕਾਲੇ ਮਰਚ ਹੋਣ ਤੇ ਕਿਹੜੇ ਜ਼ਾਇਕੇ ਵਾਲੇ ਹੋਣੇ ਦੋ ਹੀ ਗੱਲ ਇਹ ਆ ਕਿ ਇਹ ਜ਼ਰੂਰੀ ਨਹੀਂ ਕਿ ਤੁਸੀਂ ਪਾਣੀ ਇਹਨਾ ਹੈਦਰਾ ਬੜਾ ਦੇਜਕਾ ਬਣਾਇਆ ਹੋਇਆ ਤੇ ਵਿੱਚ ਸੁਆ ਉਹ ਸ਼ਰਬਤ ਬਾਇਆ ਹੋਇਆ ਲਾਜ਼ਮੀ ਨਹੀਂ ਹੋਣਾ ਕਿ ਸੁਆ ਸ਼ਰਬਤ ਤੁਸਾ ਬਾਓ ਉਹ ਅੱਲਾ ਨੇ ਬੰਦੇ ਦੋ ਲਿਮੂ ਕਿਨੋ ਅਗਰ ਬਹੁਤ ਤੁਸਾ ਕੀ ਚਾਹੀਨਾ ਥੋੜੀ ਜੀ ਚੀਨੀ ਉਹ ਆਕਲ ਜੀ ਨੀਲੇ ਪੀਲੇ ਸ਼ਰਬਤ ਵੀ ਬੂੰ ਆ ਰਹੇ ਨਾ ਜੀ ਉਹ ਨਹੀਂ ਨਹੀਂ ਥੋੜਾ ਜਿਹਾ ਤੁਸਾ ਅਗਰ ਲੇਕਿਨ ਸਾਦਾ ਪਾਣੀ ਪੀਓ ਤੁਸਾ ਕੀ ਨਾ ਤੁਸਾ ਕੀ ਖੁਦਾ ਨਾ ਖਾਸਾ ਤੁਸਾ 슈ਗਰ ਆਉਂਦਾ ਨਹੀਂ ਭਲੇ ਜੀ ਅਕਲ ਭਲੇ ਚ ਜਿਹੜੀ ਚਾਟ ਦਾ ਮਸਾਲਾ ਜਬਾਣੇ ਉਸ ਜ਼ੈਕਾ ਤੁਸਾਂ ਤੱਕ ਕਿਦਾਂ ਆਉਂਦਾ ਉਹ ਅੱਲਾ ਨੇ ਬੰਦਿਆ ਦੂ ਇਹ ਚਾਣਾ ਕਿ ਵੀ ਅਸੀਂ ਅੱਜ ਤੋਂ ਸ਼ੁਰੂ ਕਰਦੀ ਆ ਆਪਣਾ ਖਾਣਾ ਪੀਣਾ ਜਲੇਬੀ ਤੱਕ ਹੋਇਆ ਜੀ ਜਲੇਬੀ ਮੈਂ ਆਖਣਾ ਹੈ ਕਿ ਜਨਾਬ ਥੋੜੀ ਜੀ ਬੰਦਾ ਖਾਣ ਦੀ ਕੋਸ਼ਿਸ਼ ਕਰਾ ਐਵੇਂ ਖਾਣੇ ਜੋ ਖਾਣੇ ਜੋ ਚੰਗੀ ਬਣੀ ਹੋਵੇ ਅੱਧਾ ਕਿਲੋ ਸਮਝ ਨਹੀਂ ਲੱਗਣੀ ਗੇ ਕੁੱਤਾ ਅੱਛਾ ਅੱਲਾ ਨੇ ਆ ਬੰਦਿਆ ਮੈਂ ਲੋਕਾਂ ਕੀ ਪੇ ਸਮਝਾਣਾ ਕਿ ਸਾਦਗੀ ਰੱਖੋ ਤੂੰ ਫਿਰ ਉਹਨਾਂ ਕੀ ਮਜ਼ੇ ਨਹੀਂ ਮੈਂ ਆਖਿਆ ਸਾਦਗੀ ਮੈਂ ਆਖਿਆ ਖਬਰਦਾਰ ਇਸ ਰਮਜ਼ਾਨ ਵਿੱਚ ਜੇ ਤੁਸੀਂ ਅੰਡੇ ਅਲ੍ਹਾ 버ਗਰ ਖਾਦਾ ਆਪਣਾ ਸਾਦਾ ਕਬਾਬ ਸ਼ਾਮੀ ਕਵਾਬ ਵਾਲਾ ਰਮਜ਼ਾਨ ਇਸ ਗੋਣ 버ਗਰ ਖਾਣਾ ਯਾਰਾ ਰਮਜ਼ਾਨ ਇੱਤੇ ਲੋਕ ਬਰਗਰ ਉਹ ਖਾਣੇ ਜਿਹੜੇ 버거 ਹੋਣੇ ਆਪੂ ਨਾ ਨਾ ਉਹ ਤਾਂ ਦੋਏ 버거 ਖਾਣੇ ਨਾ ਕਿਹੜਾ ਜ਼ਿੰਗ ਪਿੰਗ 버거 ਆਪਣਾ ਉਹ ਜਿਹੜੇ ਲੋਗ ਹੋਣੇ ਨਾ ਇਫਤਾਰੀ ਕਰਨੇ ਬਾਅਦ ਜਿਹੜਾ ਦੋ ਤਰ੍ਹਾਂ ਘੰਟੇ ਲੰਘਨੇ ਹੈ ਜੀ ਇਤਰਾਵੀਆਂ ਦੇ ਬਾਅਦ ਥੋੜੀ ਜਿਹੀ ਭੁੱਖ ਲੱਗਦੀ ਹੈ ਚਲੋ ਕੋਈ ਨਹੀਂ ਅੰਡਾ ਸ਼ਾਮੇ 버거 ਮੈਂ ਕਿਹਾ ਅੰਡਾ ਕੱਢੀ ਸਟੋ ਸਾਦਾ ਸਾਦਾ ਰੱਖੋ ਆਖਰ ਨੇ ਕਿ ਸਾਦਾ ਲਗਾ ਦੇ ਅੰਡਾ ਰਹਿਣੇ ਦੇ ਤਾਂ ਸਾਦਗੀ ਰੱਖੋ ਜ਼ਰਾ ਠੀਕ ਹੈ ਲੇਕਿਨ ਇਹ ਜਿਹੜਾ 버거 ਹੋਣਾ ਨਾ ਇਸ ਨਾਲ ਜਿਸਲੇ ਉਹ ਵਿੱਚ ਕਬਾਬ ਰਖਣੇ ਨਾ ਕਬਾਬ ਕੀ ਜਿਸਲੇ ਐਸਨਾ ਛੁਰੀ ਨਾ ਲਸਣਾ ਕਰਨੇ ਨਾ ਐਸਕਰ ਜਿਸਨਾ ਇਸਤਰੀ ਜਿਸਨਾ ਫ ਉਜਲੇ ਸਟਰੀ ਕਰਨੇ ਨਾਲ ਉਜਲੇ ਥੋੜਾ ਥੋੜਾ ਬਾਹਰ ਦਿਸਣ ਲੱਗ ਪੈਣਾ ਨਾ ਸਰਾ ਆਪਣਾ ਜਿਹੜਾ ਉਹ 버ਗਰ ਹੋਣਾ ਉਸੇ ਜੈਸਾ ਤੂਹ ਕੜਿਆਉਣਾ ਕबाब ਉਸ ਲਈ ਯਕੀਨ ਕਰੋ ਬਨੇ ਦਿਲ ਕਰਨਾ ਖਾਸ ਕੇ ਫਨਕਾਰੀਆਂ ਬੂਹਣੀਆਂ ਨੇ ਜੀ ਆਹ ਕਿਆ ਹੋਇਆ ਪਹਿਲੇ ਤੋਂ ਹੁਣ ਸਾ ਸਿੰਪਲ ਜੀ ਕਿ ਸ਼ਾਮੀ ਲਾਇਆ ਅੰਡਾ ਲਾਣਾ ਤੇ ਉਹ ਕਰਕੇ ਥੋੜਾ ਜਿਹਾ ਭੋਰ ਕੇ ਸਲਾਦ ਜਿਆ ਤੇ ਉਹ ਦੇ ਦੇਣੇ ਤਾਂ ਹੁਣ ਪਹਿਲੇ ਜਨਾਬੇ ਆਲੀ ਪਹਿਲੇ 버ਗਰ ਸ਼ਾਮੀ 버ਗਰ ਨਹੀਂ ਇਕ ਤੈ ਫਿਰ ਉਸਨੇ ਉਪਰ ਦੂਈ ਤੈ ਫਿਰ ਉਸਨੇ ਉੱਪਰ ਜਨਾਬੇ ਲਈ ਥੋੜਾ ਜਿਹਾ ਸਲਾਬ ਕੁੱਤਰ ਕੇ ਇਸ ਤਰ੍ਹਾਂ ਪਾਉਣੇ ਜਿਸ ਤਰ੍ਹਾਂ ਲੱਗਣਾ ਕਿ ਕੋਈ ਚੀਜ਼ ਨਾਸ਼ਤੀ ਵੀ ਗਿਰ ਰਹੀ ਹੈ ਐਸੇ ਐਸੇ ਕਰਕੇ ਉਸਨੇ ਬਾਦ ਨਬੇ ਅਲੀ ਇੱਕ ਛਿੜੀ ਤੈ ਲਾਣੇ ਕੈਚਪ ਨਹੀਂ ਆਏ ਹਾਈ ਹਾਈ ਲੱਗਣਾ ਕਿ ਕੋਈ ਐਮਰਜੈਂਸੀ ਕਾਲ ਆ ਰਹੀ ਹੈ ਉਸਨੇ ਬਾਦ ਇੱਕ ਮਾਇਓਨੀਜ਼ ਦੀ ਲੇਅਰ ਲਾਣੇ ਇਸ ਤਰ੍ਹਾਂ ਕਰੀ ਮਾਇਓਨੀਜ਼ ਲੰਮੀ ਪੈਣੀ ਜਿਵੇਂ ਲੱਗਣਾ ਕਿ ਬੂਥ ਥੱਕੀ ਤਰੁੱਟੀ ਮਾਇਓਨੀਜ਼ ਤੇ 버ਗਰ ਉੱਪਰ ਅੱਲਾ ਨੇ ਬੰਦਿਆ ਅੱਲਾ ਨੇ ਬੰਦਿਆ ਅੱਲਾ ਨੇ ਬੰਦਿਆ ਮੈਂ ਤੈ ਕਿਤਨੀ ਵਾਰੀ ਸਮਝਾਇਆ ਵੀ ਠੀਕ ਹੈ ਤੂੰ 버ਗਰ ਖਾ 버ਗਰ ਵੇਚ 버ਕਰ ਨਹੀਂ ਤਾਰੀਫ ਕਰ

ਅਸਾਂ ਮਹਿੰਗਾਈ ਥਈ ਅਸਾਂ ਨਾਖਣੇ ਵੀ ਮਹਿੰਗਾਈ ਕੋ ਨਹੀਂ ਅਸਾਂ ਬਹੁਤ ਸਾਰੀਆਂ ਸ਼ਿਕਾਇਤਾਂ ਵੀ ਕਰਨੇ ਆ ਬਹੁਤ ਸਾਰੀਆਂ ਗੱਲਾਂ ਵੀ ਕਰਨੇ ਆ ਲੇਕਿਨ ਜਿਹੜੀ ਐਮਨ ਨਜੀਬ ਸੱਤੀ ਸਾਹਿਬ ਇੱਕ ਗੁਫ਼ਤਗੂਚ ਆਪਣੀ ਬੜੀ ਅੱਛੀ ਗੱਲ ਕੀਤੀ ਵੈਸੇ ਤੇ ਨਾ ਤੋਂ ਇਹ ਕਦੇ ਅਸਾਂ ਐਕਸਪੈਕਟ ਨਾ ਕਰ ਸਕਨੇ ਕਿ ਕਦੇ ਚੰਗੀ ਗੱਲ ਕਰਸਣ ਲੇਕਿਨ ਇਹਨਾਂ ਚੰਗੀ ਗੱਲ ਕੀਤੀ ਕਿ ਸਾਦਗੀ ਅਪਣਾਓ ਅੱਲਾਹ ਤਾਲਾ ਅਗਰ ਇਹ ਮਹਿੰਗਾਈ ਕੀਤੀ ਤਾਂ ਇਹ ਅੱਲਾਹ ਤਾਲਾ ਹੀ ਦੂਰ ਕਰਸੀ ਅੱਲਾਹ ਤਾਲਾ ਰਜ਼ੀ ਦਤ ਦੇਣੇ ਵਾਲਾ ਹੈ ਠੀਕ ਹੈ ਆਪਣੀ ਮਿਹਨਤ ਜਾਰੀ ਰੱਖੋ ਔਰ ਆਪਣੇ